जस्टी देख रहे हो तुसी, मैं केपी सिंह टू द पॉइंट में तुहाडा स्वागत करता। पंजाब की सियासत में एक वड्डा उल्टफेर होया, इतिहासिक उल्टफेर नहीं होया, गल याद रखियो, मैं शब्द वरत्या उल्टफेर होया। पंजाब तो दिल्ली तक एक खेती ऑर्डिनेंस से मामला इन्ना तपया होया कि केंद्रीय वजीर की कुर्सी है जिहड़ी वो हरसिमरत कौर बादल नूं छड रही पई, वो कुर्सी छड्डी है। कुर्सी तो बाद ये क्या कि भावुक मन नाल कुर्सी छड्डी है, पर किसानां लई किसान हितैषी पार्टी हमेशा तैयार रहेगी, तो किसान जिथे कहणगे उत्थे असीं खड़ जावांगे जाके। ये सब कुछ क्या क्या, पर उस तो बाद सियासत दिल्ली तो पंजाब मुड़दी है, तो पंजाब दे विच विरोधियों ने इस नूं ड्रामा करार दिता। उन्होंने कहा कि हुण तिकर तुसीं सारे मलाई खांदे रहे, तो हुण किसानां नूं तुसीं आपदा हितैषी दस के किसानां दे लई 2022 वाला आपदा प्लान है जिहड़ा वो तैयार कर रहे हो। असीं इक्को सवाल पुछां कि बादलां ने छड्डी वजीरी, विरोधियों नूं क्यों लगता ड्रामा? ਵੱਡਾ ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਡਿਬੇਟ ਵਿੱਚ। ਵੱਡਾ ਸਵਾਲ ਅਸੀਂ ਇਹ ਪੁੱਛਾਂਗੇ, ਹਰਸਿਮਰਤ ਕੌਰ ਬਾਦਲ ਦੇ ਕੁਰਸੀ ਛੱਡਣ ਵਾਲੇ ਫੈਸਲੇ 'ਤੇ ਸਿਆਸੀ ਡਰਾਮੇ ਵਾਲਾ ਰੋਲਾ ਕਿਉਂ ਪਿਆ ਰਿਹਾ? ਇਸ ਸਵਾਲ 'ਤੇ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈ, ਤੁਹਾਡਾ ਤਾਰਫ ਕਰਾ ਰਿਹਾ। ਵਿਰਸਾ ਸਿੰਘ ਵੱਲੋਂ ਬਲਟੋਆ, ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਆਗੂ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ, ਅਤੇ ਵਿਰਸਾ ਸਿੰਘ ਬਲਟੋਆ ਹਰਾਂ ਨੂੰ ਇਹ ਸਾਰੀ ਸਿਆਸਤ ਦੇ ਨਾਲ ਨਾਲ ਬਾਦਲ ਪਰਿਵਾਰ ਦਾ ਜਿਸ ਤਰੀਕੇ ਨਾਲ ਸਿਆਸੀ ਰਾਹ ਹੈਗਾ ਉਸ ਬਾਰੇ ਵੀ ਚੰਗੀ ਤਰ੍ਹਾਂ ਜਾਣਕਾਰੀ ਹੈ, ਅਤੇ ਬਲਟੋਆ ਸਾਹਿਬ ਨੂੰ ਇਸ ਕਰਕੇ ਸੱਦਿਆ ਕਿਉਂਕਿ ਵਿਰਸਾ ਸਿੰਘ ਬਲਟੋਆ ਇਸ ਤੋਂ ਪਹਿਲਾਂ ਲਗਾਤਾਰ ਕਹਿੰਦੇ ਸੀ ਦੇਖੀ ਚੱਲੀਓ ਹੋਊਗਾ ਕਿ। ਬਲਟੋਆ ਸਾਹਿਬ ਬਹੁਤ ਸਵਾਗਤ ਹੈ ਸਰ ਤੁਹਾਡਾ। ਬਿਕਰਮਜੀਤ ਸਿੰਘ, ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੁਹਾਡਾ। ਬਿਕਰਮਜੀਤ ਸਿੰਘ ਚੀਮਾ ਭਾਰਤੀ ਜਨਤਾ ਪਾਰਟੀ ਦੇ ਬਾਰੇ ਹੈ, ਬੀਜੇਪੀ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਨੇ, ਅਤੇ ਜਦੋਂ ਗੱਲ ਕਿਸਾਨਾਂ ਦੀ ਹੋਵੇ ਤਾਂ ਕਿਸਾਨਾਂ 'ਤੇ ਜਦੋਂ ਇਹ ਟੁੱਟਦੀ ਹੈ ਤਾਂ ਟੁੱਟਦੀ ਹੈ, ਅਤੇ ਉਸ ਤੋਂ ਅੱਗੇ ਕੀ ਹੁੰਦਾ ਉਹ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਪੰਜਾਬ ਬੀਜੇਪੀ ਕੁਝ ਹੋਰ ਸੋਚਦੀ ਹੈ, ਕੇਂਦਰੀ ਬੀਜੇਪੀ ਕੁਝ ਹੋਰ ਸੋਚਦੀ ਹੈ, ਅਤੇ ਸ਼ੰਭੂ ਬਾਰਡਰ ਪਾਰ ਕੀਤਾ ਜਾਂਦਾ ਇਹਨਾਂ ਦੋਨਾਂ ਪਾਰਟੀ ਵੱਲੋਂ, ਕੁਝ ਹੋਰ ਸੋਚਦੇ ਆ। ਇਸ ਕਰਕੇ ਚੀਮਾ ਸਾਹਿਬ ਨੂੰ ਸੱਦਿਆ। ਚੀਮਾ ਸਾਹਿਬ ਬਹੁਤ ਸਵਾਗਤ ਹੈ ਸਰ ਤੁਹਾਡਾ। ਧੰਨਵਾਦ ਜੀ, ਬਹੁਤ ਬਹੁਤ। ਹਰਦੀਪ ਸਿੰਘ ਕਿੰਗਰਾ, ਕਾਂਗਰਸ ਦੇ ਬੁਲਾਰੇ ਹੈ, ਸਾਬਕਾ ਅਧਿਕਾਰੀ ਨੇ ਅਤੇ ਵੱਡੇ ਵੱਡੇ ਅਹੁਦਿਆਂ 'ਤੇ ਰਹੇ ਆ, ਅਤੇ ਮੈਨੂੰ ਲੱਗਦਾ ਕਿ ਮੈਂ ਰੋਜ਼ ਇਹਨਾਂ ਦੇ ਅਹੁਦੇ ਗਣਾਵਾਂ ਤਾਂ ਸ਼ਾਇਦ ਮੈਨੂੰ ਵੀ ਭੁੱਲਣ ਲੱਗ ਪਊਗਾ ਕਿ ਇਹ ਕਿਹੜੇ ਕਿਹੜੇ ਮੰਤਰੀ ਸੰਤਰੀ ਦਾ ਕੰਮਕਾਜ ਵੀ ਦੇਖ ਚੁੱਕੇ ਆ। ਇਸ ਕਰਕੇ ਇਹਨਾਂ ਨੂੰ ਸੱਦਿਆ ਕਿੰਗਰਾ ਸਾਹਿਬ ਨੂੰ, ਕਿਉਂਕਿ ਇਹਨਾਂ ਦਾ ਬਹੁਤ ਤਜਰਬਾ ਹੈਗਾ ਸਿਆਸਤ ਦੇ ਵਿੱਚ, ਅਤੇ ਪ੍ਰਸ਼ਾਸਨ ਆ ਜਿਹੜਾ ਕਿਸ ਤਰੀਕੇ ਨਾਲ ਕੰਮ ਕਰਦਾ, ਕਿਉਂਕਿ ਜਦੋਂ ਕਿਸਾਨਾਂ ਬਾਰੇ ਫੈਸਲੇ ਹੁੰਦੇ ਆ ਕਹਿੰਦੇ ਏਸੀ ਕਮਰਿਆਂ ਦੇ ਵਿੱਚ ਬਹਿ ਕੇ ਹੁੰਦੇ ਆ, ਅਤੇ ਉਦੋਂ ਸਿਆਸਤ ਕੀ ਸੋਚਦੀ ਹੈ। ਇਸ ਕਰਕੇ ਕਿੰਗਰਾ ਸਾਹਿਬ ਨੂੰ ਸੱਦਿਆ ਕਿ ਕਾਂਗਰਸ ਦਾ ਕੀ ਇਹਦੇ ਸਟੈਂਡ ਹੈਗਾ। ਹਰਦੀਪ ਸਿੰਘ ਕਿੰਗਰਾ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਅਤੇ ਸਰੋਤਿਆਂ ਨੂੰ ਵੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਵਾਲ ਬਲਟੋਆ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ। ਬਲਟੋਆ ਸਾਹਿਬ, ਤੁਸੀਂ ਦੇਰ ਕਰਤੀ ਹੈ ਵਜ਼ੀਰੀ ਛੱਡਣ ਦੇ ਲਈ? ਦੇਖੋ ਕੇਪੀ ਜੀ, ਸਾਡੀ ਕੋਸ਼ਿਸ਼ ਜਦੋਂ ਤੋਂ ਇਹ ਆਰਡੀਨੈਂਸ ਆਏ ਨੇ, ਅਸੀਂ ਅੰਦਰ ਖਾਤੇ ਔਰ ਓਪਨਲੀ ਵੀ ਅਸੀਂ ਰੋਲ ਅਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸਾਨੀ ਦੇ ਮਨ 'ਚ ਇਹਨਾਂ ਆਰਡੀਨੈਂਸਾਂ ਨੂੰ ਲੈ ਕੇ ਬੜੇ ਵੱਡੇ ਖਦਸ਼ੇ ਨੇ, ਬੜੇ ਵੱਡੇ ਸ਼ੰਕੇ ਨੇ। ਤੁਸੀਂ 100 ਦਾਅਵੇ ਕਰੀ ਜਾਓ ਕਿ MSP ਖਤਮ ਨਹੀਂ ਹੋ ਰਹੀ, ਤੁਸੀਂ 100 ਚਿੱਠੀਆਂ ਲੈ ਲੈ ਕੇ ਪਾਈ ਜਾਓ, ਪਰ ਜਿਹੜਾ ਪੰਜਾਬ ਦਾ ਕਿਸਾਨ ਹੈ ਜਾਂ ਦੇਸ਼ ਦਾ ਕਿਸਾਨ ਹੈ, ਜਦੋਂ ਉਹ ਚਿੰਤਤ ਹੈ, ਉਹ ਹੀ ਇਹਨਾਂ ਆਰਡੀਨੈਂਸਾਂ ਤੋਂ ਡਰ ਰਿਹਾ ਹੈ, ਤੇ ਫਿਰ ਸਾਨੂੰ ਜਿਹੜਾ ਕਿਸਾਨ ਜਥੇਬੰਦੀਆਂ ਦੇ ਨਾਲ ਬਹਿ ਕੇ ਗੱਲਬਾਤ ਕਰਨੀ ਚਾਹੀਦੀ ਹੈ, ਔਰ ਉਹ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਬੈਠ ਕੇ ਸ਼ੰਕੇ ਦੂਰ ਕਰਨੇ ਚਾਹੀਦੇ ਨੇ, ਖਦਸ਼ੇ ਦੂਰ ਕਰਨੇ ਚਾਹੀਦੇ ਨੇ, ਔਰ ਉਸ ਤੋਂ ਬਾਅਦ ਜਿਹੜੇ ਆਰਡੀਨੈਂਸ ਨੇ ਪਾਰਲੀਮੈਂਟ 'ਚ ਲਿਆਉਣੇ ਚਾਹੀਦੇ। ਅਸੀਂ ਆਪਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ, ਪਰ ਸਾਡੀ ਉਸ ਕੋਸ਼ਿਸ਼ ਨੂੰ ਬੂਰ ਨਹੀਂ ਪਿਆ। ਸਾਨੂੰ ਅਖੀਰ ਤੱਕ ਆਸ ਸੀ ਕਿ ਇਹ ਜਿਹੜਾ ਬਿੱਲ ਹੈ ਜਾਂ ਜਿਹੜੇ ਆਰਡੀਨੈਂਸ ਨੇ ਇਹ ਸਿਲੈਕਟ ਕਮੇਟੀ ਕੋਲੇ ਚੱਲ ਜਾਣਗੇ, ਅਸੀਂ ਇਹ ਵੀ ਪ੍ਰਪੋਜ਼ਲ ਉਹਨਾਂ ਨੂੰ ਦਿੱਤੀ ਸੀਗੀ, ਉਹ ਨਹੀਂ ਗਏ। ਔਰ ਉਸ ਤੋਂ ਬਾਅਦ ਜਿਹੜਾ, ਕਿਉਂਕਿ ਪਾਰਟੀ ਨੇ ਬੜੀ ਲੰਬੀ ਚੌੜੀ ਸਟੱਡੀ ਕੀਤੀ, ਵੱਖ ਵੱਖ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਆਗੂ ਸਾਹਿਬਾਨ ਨਾਲ ਸਲਾਹ ਕੀਤਾ, ਕਿਸਾਨਾਂ ਨਾਲ ਸਲਾਹ ਕੀਤੀ, ਪਾਰਟੀ ਕੇਡਰ ਨਾਲ ਸਲਾਹ ਕੀਤੀ, ਪਾਰਟੀ ਲੀਡਰਸ਼ਿਪ ਨਾਲ ਸਲਾਹ ਕੀਤੀ, ਕਿਸਾਨ ਮਾਹਰਾਂ ਨਾਲ ਸਲਾਹ ਕੀਤੀ, ਔਰ ਆਰਡੀਨੈਂਸ ਦੀ ਲਾਈਨ ਲਾਈਨ ਜਿਹੜੀ ਕੱਲਾ ਕੱਲਾ ਅੱਖਰ ਆ ਉਹ ਵਕੀਲਾਂ ਰਾਹੀਂ ਸਟੱਡੀ ਕਰਕੇ ਅਸੀਂ ਵੀ ਇਸ ਸਿੱਟੇ ਤੇ ਪਹੁੰਚੇ ਵੀ ਇਹ ਜਿਹੜਾ ਇੱਕ ਛਲਾਵਾ ਆ, ਇਹ ਕਿਸਾਨਾਂ ਨੂੰ ਇੱਕ ਛਲਾਵਾ ਦਿੱਤਾ ਜਾ ਰਿਹਾ ਕਿ ਜਿਹੜਾ ਬੜਾ ਖਤਰਨਾਕ ਮੋੜ ਲੱਗਾ, ਜਿਸ ਤਰ੍ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਲੀਮੈਂਟ ਵਿੱਚ ਬੋਲਦਿਆਂ ਵੀ ਕਿਹਾ ਸੀਗਾ ਕਿ ਮੈਨੂੰ ਇੱਕ ਕਿਸਾਨ ਨੇ ਕਿਹਾ ਕਿ ਬਾਦਲ ਸਾਹਿਬ ਇਹ ਜੀਓ ਦੀ ਸਿਮ ਹੈ, ਜਿਵੇਂ ਰਿਲਾਇੰਸ ਵਾਲਿਆਂ ਨੇ ਇਹ ਗਾਹਕਾਂ ਨੂੰ ਜਾਂ ਲੋਕਾਂ ਨੂੰ ਜੀਓ ਦੇ ਨਾਲ ਜੋੜਨ ਵਾਸਤੇ ਆਪਦਾ ਸੌਦਾ ਵੇਚਣ ਦੀ ਖਾਤਰ
जियो का डाटा एक तरह का मुफ्त देता सीगा, बड़ा सस्ता देता सीगा, ते जदों गाहक बन गए उही जियो का डाटा जिहड़ा महंगा कर दिता सीगा। ये अज ते जापदा है कि जिहड़े ऑर्डिनेंस है कि ये किसान हतैशी ने, पर इहदा ओवरऑल जिहड़ा नतीजा आ वह बड़ा माड़ा निकलना। तो इसे करके श्रोमणी अकाली दल ने फिर जदों नहीं टले, नहीं सिलेक्ट कमेटी नूं भेजिया, नहीं कोई तब्दीली की, तो फिर श्रोमणी अकाली दल ने टावर वध गए, नैटवर्क वध गया, तो अकाली दल नूं कहता तुसी पासे हो जाओ, तो अकाली दल मजबूर हो गया कुर्सी छड्डण दे लई। तुसी किसानां लई नहीं छड्डी, बीजेपी ने तुहाडे लई हालात इहो जिहे पैदा करते, हुण तुहानूं सानूं तुहाडी लोड़ नहीं। बटोआ साहब, केपी जी तुसी बड़े वड्डे जर्नलिस्ट जे, बड़ा ताड़ा रोज ही राजनीति ने वाह पैंदा आ, साड़ी कड़ी बाह वेलने चाहिए सी। 2024 तक वजीरी सी, और वजीरी भी वो जिहड़ी एक मुख्यमंत्री दे प्रोटोकॉल ते उपर है, प्रधानमंत्री तो बाद जे कोई उहदा हुंदा आ तो केंद्रीय बाजार दा हुंदा है। वो बाजार ते जिहड़ी आ पंजाब दे किसानां दी खातर आपदे फर्ज दी अदायगी कीती है, और क्योंकि ये जिहड़ियां वजीरियां ने, अहुदेदारियां ने, पद ने, मरातबे ने, ये दित्ते की दे किसानां दे, पंजाब दे लोकां दे, जे पंजाब दे लोक ही चिंतित ने, पंजाब दे लोक ही दुखी ने, ते जिथे तुसीं बैठे जिथे सुनवाई तुहाडी कोई नहीं गई। ते अज देखो तुसीं इक केपी जी गल नोट कीती होगी, जिस दिन दा किसानी संघर्ष चल रहा है, किसानी रौला पा रही है, सड़कां ते है, कदी नैशनल चैनलां ते किसानी दी खबर नहीं सी चली, और बीबा हरसिमरत कौर ने अस्तीफा दिता है, अज नैशनल चैनल चाहे हिंदी ने अंग्रेजी ने अज चीका मार उठे ने और किसानी दी गल कीती है। एक केवल ते केवल बीबा हरसिमरत कौर बादल दा इस्तीफा, और इत्थों तक कि देश दे प्रधानमंत्री नूं टीवी दे उत्ते आण के जिहड़े बोलदे ही नहीं सी, जिहड़े एक तरह मैं कहदा बड़े सत्कारयोग ने, पर जिन्हां ने उस दिन दी जबान ही नहीं लाई सी किसानी मसले नूं लैके, अज उन्हां नूं वी आण के इस मसले ते सफाइयां देणियां पै गईआं। ठीक है, एडी वड्डी शक्ति जिहड़ी है, मैं इस पॉइंट नाल एग्री करदा, तुहाडी इस पॉइंट नाल एग्री करदा, प्रधानमंत्री नूं सफाइयां क्यों देणियां पै रहीआं। बिक्रम सिंह चीमा, तुसीं किसान मोर्चा दे प्रधान हो, बिक्रम सिंह चीमा, तुहानू इउं नहीं लगता कि पंजाब हरियाणा के किसानों के नाल, यूपी के किसानों के नाल भारतीय जनता पार्टी की NDA की सरकार धक्का कर रही है, जिहड़ा कि सानू दिखदा नहीं पिया? चीमा साहब, नहीं मैं इस गल नाल एग्री नहीं हैगा, क्योंकि जिहड़ी सरकार की जो सोच है, जिस तरह मेरे तो पहला वल्टोआ साहब ने दसिया कि किसानी की माड़ी हालात है, किसानों दी जिहड़ियां मंगा, जिस तरह असी जे MSP की गल कर लीए, 24 फसलों पर MSP पहला तो दिती जा रही है, पर 24 दी 24 पर MSP कदे भी नहीं विकिया, सिर्फ कणक ते झोने नूं छड्ड के। सर 23 फसलों पर MSP आ चीमा साहब, आप पॉइंट ते रहिए कृपा करके, मैं थोड़ा दुरुस्त कर देवां सर। चीमा साहब, मैं आप टू द पॉइंट गल करिए बेहतर होगा। चीमा साहब, मैनूं एक चीज़ दस्सो सर, किहड़ी किसान जथेबंदी आ, एक किसान जथेबंदी गिना दो जिहड़ी BJP दे NDA दे इस फैसले नाल खड़ी आ। सर चीमा साहब, पंजाब दी भी गिना दिओ सर। चीमा साहब, नहीं मैं बिल्कुल ए कोई कहन च दो मैनू शक ग्रेज नहीं है कि किसान जथेबंदियां जिहड़ियां उह सारियां इसका विरोध कर रही हैं, पर जिस ढंग दे नाल इस बिल नूं, फिर तुसीं किहड़े किसान मोर्चे दे प्रधान हो चीमा साहब, जे किसान दी गल तुहानूं नहीं सुणदी पई चीमा साहब, माफ करना, फिर तुसीं आप एडमिट करदे पए हो कि कोई किसान जथेबंदी नाल नहीं, तो फिर इहदा मतलब किसान विरोधी फैसला है कि नहीं है? ये ਤੁਸੀਂ ਪੰਜਾਬ ਦੇ ਕਿਸਾਨ ਹੋਣ ਦੇ ਨਾਤੇ ਸਾਰੇ ਆਵਾਜ਼ ਨਹੀਂ ਚੱਕ ਸਕਦੇ ਚੀਮਾ ਸਾਹਿਬ? ਜੇ ਤੋਂ ਮੇਰੀ ਗੱਲ ਸੁਣਨੀ ਚਾਹੁੰਦੇ ਹੋ ਫਿਰ ਤੋਂ ਮੈਂ ਸੁਣਾ ਦੇਣਾ, ਜੇ ਤੁਸੀਂ ਇਸੇ ਤਰ੍ਹਾਂ ਗੱਲ ਕਰਦੀ ਹੈ ਫਿਰ ਮੈਂ ਚੁੱਪ ਕਰਕੇ ਤੁਹਾਡੀ ਸੁਣ ਲੈਣਾ। ਨਹੀਂ ਨਹੀਂ ਸਰ, ਚੀਮਾ ਸਾਹਿਬ ਇਹ ਬੜਾ ਵਧੀਆ ਜਵਾਬ ਹੁੰਦਾ ਹੈ, ਗੱਲ ਕਹਿਣੀ ਬਹੁਤ ਵਧੀਆ ਜਵਾਬ ਹੁੰਦਾ ਹੈ। ਅੱਜਕੱਲ ਸਰ ਚੀਮਾ ਸਾਹਿਬ, ਅੱਜਕੱਲ ਐਂਕਰ ਨੂੰ, ਮੈਂ ਖੁਦ ਕਿਸਾਨ ਆ ਚੀਮਾ ਸਾਹਿਬ, ਅੱਜਕੱਲ ਐਂਕਰ ਨੂੰ ਇਸ ਤਰੀਕੇ ਨਾਲ ਕਹਿ ਕੇ ਡਿਪਲੋਮੈਟਿਕ ਐਂਗਲ ਦੇ ਨਾਲ ਜੋ ਮਰਜ਼ੀ ਤੁਸੀਂ ਕਹ ਲਓ ਚੀਮਾ ਸਾਹਿਬ, ਕੋਈ ਦਿੱਕਤ ਨਹੀਂ ਹੈ। ਮੈਂ ਉਹੀ ਗੱਲ ਕਹਿ ਰਿਹਾ ਕਿ ਜੇ ਤੋ ਮੈਨੂੰ ਗੱਲ ਕਰਨ ਦੇਣੀ ਹੈ ਜੀ ਫਿਰ ਤੋ ਮੈਂ ਸੁਣ ਕਰੋ ਸਰ, ਮੇਰੇ ਦੋ ਸਵਾਲ ਲੈ ਲਓ ਸਰ, ਮੇਰੇ ਦੋ ਸਵਾਲ ਲੈ ਲਓ, ਫਿਰ ਦੋ ਜਵਾਬ, ਤੁਸੀਂ ਦੋ ਸਵਾਲ ਲੈ ਲਓ। ਇੱਕ ਸਵਾਲ ਤਾਂ ਹੈ ਸਰ, ਕਿਸਾਨ ਜਥੇਬੰਦੀ ਕੋਈ ਨਾਲ ਨਹੀਂ ਹੈਗੀ ਪੰਜਾਬ ਦੀ, ਤੁਸੀਂ ਆਪ ਐਡਮਿਟ ਕੀਤਾ ਦੇਸ਼ ਦੀ ਕੋਈ ਕਿਸਾਨ ਜਥੇਬੰਦੀ ਤੁਹਾਡੇ ਨਾਲ ਹੈਗੀ ਹੈ ਸਰ, ਉਹ ਵੀ ਦੱਸ ਦਿਓ। ਇੱਕ ਮੈਨੂੰ ਇਹ ਵੀ ਦੱਸ ਦਿਓ ਸਰ, ਨੈਤਿਕਤਾ ਦੇ ਆਧਾਰ ਤੇ ਤੁਹਾਨੂੰ ਵੀ ਅਸਤੀਫਾ ਕਿਉਂ ਨਹੀਂ ਦੇਣਾ ਚਾਹੀਦਾ, ਤੁਸੀਂ ਕਿਉਂ ਨਹੀਂ ਦਿੱਤਾ ਸਰ? ਚੀਮਾ ਸਾਹਿਬ, ਦੋ ਸਵਾਲ ਹੈ, ਦੋ ਜਵਾਬ। ਮੈਂ ਜਿਸ ਦਿਨ ਮੈਨੂੰ ਲੱਗੂਗਾ ਕਿ ਮੰਡੀਕਰਨ ਖਤਮ ਹੋ ਰਿਹਾ, MSP ਟੁੱਟ ਰਹੀ ਹੈ, ਮੈਂ ਉਸ ਦਿਨ ਤੁਹਾਡੀ ਇਸ ਗੱਲ ਤੇ ਫੁੱਲ ਚੜਾ ਦੂੰਗਾ। ਪਰ ਅੱਜ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ, ਜੇ ਤੁਹਾਨੂੰ ਕਿਤੇ ਤੁਸੀਂ ਪੜਿਆ ਜਾਂ ਸੁਣਿਆ ਹੋਵੇ ਕਿ MSP ਬਰਾਬਰ ਚੱਲੂਗੀ, ਮੰਡੀਕਰਨ ਬਰਾਬਰ ਚੱਲੂਗਾ, ਜਿਸ ਕਿਸਾਨ ਨੇ ਫਸਲ ਮੰਡੀ 'ਚ ਵੇਚਣੀ ਹੋਵੇ ਉਹ ਮੰਡੀ 'ਚ ਵੇਚ ਸਕਦਾ, ਜਿਸ ਕਿਸਾਨ ਨੇ ਮੰਡੀ ਤੋਂ ਬਾਹਰ ਜਾ ਕੇ ਫਸਲ ਵੇਚਣੀ ਹੋਵੇ ਉਹ ਮੰਡੀ ਤੋਂ ਬਾਹਰ ਵੇਚ ਸਕਦਾ,
ਕਿਸਾਨਾਂ ਲਈ ਇੱਕ ਐਕਸਟਰਾ ਪਲੇਟਫਾਰਮ ਮਹੀਆ ਕਰਾ ਰਹੀ ਹੈ। ਜੇ ਉਸ ਗੱਲ ਨੂੰ ਆਪਾਂ ਦੂਜੇ ਪਾਸੇ ਨੂੰ ਲਿਜਾ ਕੇ ਸੋਚਣਾ, ਜਿਸ ਦਿਨ ਜੇ ਮੈਂ ਸ਼ੋਰ ਜਿਹੜੀ ਤੁਸੀਂ ਗੱਲ ਕੀਤੀ ਹੈ ਰਿਜ਼ਾਈਨ ਦੀ, ਮੈਂ ਪਹਿਲਾਂ ਕਿਸਾਨ ਹਾਂ, ਮੈਂ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਦਾ। ਜਿਸ ਦਿਨ ਇਹ ਆਰਡੀਨੈਂਸ ਆਇਆ ਸੀ 5 ਜੂਨ ਨੂੰ, ਮੈਂ ਉਸੇ ਦਿਨ ਦੂਸਰੇ ਦਿਨ ਮੇਰੇ ਕੋਲ ਕਾਪੀ ਪਹੁੰਚ ਗਈ ਸੀ, ਮੈਂ ਉਸ ਆਰਡੀਨੈਂਸ ਦਾ ਇੱਕ ਇੱਕ ਅੱਖਰ ਪੜ੍ਹਿਆ ਹੋਇਆ ਭਾਈ ਸਾਹਿਬ। ਤੇ ਜੇ ਮੈਨੂੰ ਇਹ ਲੱਗੂਗਾ ਕਿ ਮੇਰੇ ਕਿਸਾਨ ਭਰਾਵਾਂ ਨਾਲ ਵੱਡਾ ਧੋਖਾ ਹੋ ਰਿਹਾ, ਜਿਹੜੀ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ, ਕਿਸਾਨ ਨੂੰ ਕੀ ਕਿਹਾ ਗਿਆ ਕਿ ਤੁਹਾਡੀ ਮੋਦੀ ਸਾਹਿਬ ਨੇ MSP ਖਤਮ ਕਰਤੀ? ਕਿੱਥੇ MSP ਖਤਮ ਕੀਤੀ ਹੈ? ਕਿਸਾਨ ਨੂੰ ਕੀ ਕਿਹਾ ਗਿਆ? ਤੁਹਾਡਾ ਮੰਡੀਕਰਨ ਸਿਸਟਮ ਖਤਮ ਕਰਤਾ? ਕਿੱਥੇ ਮੰਡੀਕਰਨ ਖਤਮ ਕੀਤਾ? ਮੈਨੂੰ ਇੱਕ ਚੀਜ਼ ਵੀ ਗਿਣਾਓ। ਮੈਂ ਕੱਲ ਹੀ ਇੱਕ ਡਿਬੇਟ ਤੇ ਬੈਠਾ ਸੀ, ਮੇਰੇ ਕਾਂਗਰਸ ਦੇ ਬੁਲਾਰੇ ਭਾਈ ਸਾਹਿਬ ਸੀ ਜਿਹੜੇ, ਉਹ ਕਹਿ ਰਹੇ ਸੀ ਜਦੋਂ ਉਹਨਾਂ ਨਾਲ ਗੱਲ ਕੀਤੀ ਕਿ ਪੰਜਾਬ ਦੇ ਵਿੱਚ 2017 ਦੇ ਵਿੱਚ APMC ਐਕਟ ਪਾਸ ਕੀਤਾ, ਤਾਂ ਉਹਨਾਂ ਨੇ ਕਿਹਾ ਕਿ ਇਸ APMC ਐਕਟ ਦੇ ਵਿੱਚ ਇੱਥੇ ਕਿਤੇ MSP ਖਤਮ ਕਰਨ ਦੀ ਗੱਲ ਨਹੀਂ, ਕਿਤੇ ਮੰਡੀਕਰਨ ਸਿਸਟਮ ਦੀ। ਤਾਂ ਮੈਂ ਉੱਥੇ ਵੀ ਚੈਲੰਜ ਕੀਤਾ ਸੀ ਕਿ ਜਿਹੜਾ ਆਰਡੀਨੈਂਸ ਸੈਂਟਰ ਨੇ ਪਾਸ ਕੀਤਾ, ਜੇ ਉਹਦੇ ਵਿੱਚ ਕਿਤੇ ਵੀ MSP ਦੀ ਗੱਲ ਖਤਮ ਕਰਨ ਦੀ ਕੀਤੀ ਹੋਵੇ, ਜੇ ਉਸ ਦੇ ਵਿੱਚ ਕਿਤੇ ਮੰਡੀਕਰਨ ਸਿਸਟਮ ਨੂੰ ਖਤਮ ਕਰਨ ਦੀ ਗੱਲ ਕੀਤੀ ਹੋਵੇ। ਉਲਟਾ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਫਿਰ ਕਿਹਾ ਕਿ MSP ਬਰਾਬਰ ਚੱਲੂ, ਮੰਡੀਕਰਨ ਸਿਸਟਮ ਉਸੇ ਤਰ੍ਹਾਂ ਚੱਲੂ, ਕਿਸਾਨ ਜਿੱਥੇ ਚਾਹੇ ਉੱਥੇ ਫਸਲ ਵੇਚ ਸਕਦਾ। ਚਲੋ, ਤੁਸੀਂ ਆਪਦੀ ਗੱਲ ਕਹਿ ਦਿੱਤੀ ਚੀਮਾ ਸਾਹਿਬ, ਮੈਂ ਛੋਟਾ ਜਿਹਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿ ਦੋ ਪਲੇਟਫਾਰਮ ਦਿੱਤੇ ਆ ਕਿਸਾਨ ਨੂੰ, ਇੱਕ ਸਰਕਾਰੀ ਮੰਡੀ ਦਾ ਅਤੇ ਇੱਕ ਕਾਰਪੋਰੇਟ ਦੀ ਮੰਡੀ ਦਾ, 8.5% ਟੈਕਸ ਹੈ, ਉਸ ਤੋਂ ਰਾਹਤ ਦਿੱਤੀ ਹੈ ਕਿਸਾਨ ਨੂੰ। ਪਰ ਜਦੋਂ ਤੁਸੀਂ ਇਹ ਸਾਰਾ ਕੁਝ ਸ਼ੁਰੂ ਕਰਦੇ ਹੋ, ਉਹਦੇ ਨਤੀਜੇ 3-4 ਸਾਲ ਬਾਅਦ ਕੀ ਨਿਕਲਣਗੇ? ਨੋਟਬੰਦੀ ਵੀ ਅਸੀਂ ਦੇਖ ਚੁੱਕੇ ਹਾਂ, ਡਿਜੀਟਲ ਜਿਹੜਾ ਪਲੇਟਫਾਰਮ ਤੁਸੀਂ ਦਿੱਤਾ ਸੀ ਅਸੀਂ ਉਹ ਵੀ ਦੇਖ ਚੁੱਕੇ ਹਾਂ, ਡੀਮੋਨਟਾਈਜੇਸ਼ਨ ਤੋਂ ਇਲਾਵਾ ਅਸੀਂ GST ਵੀ ਦੇਖ ਚੁੱਕੇ ਹਾਂ। ਅਤੇ ਹੁਣ ਜੇ ਖੇਤੀ ਸੈਕਟਰ ਦੇ ਵਿੱਚ ਕਿਸਾਨਾਂ ਦਾ ਇਹ ਹਾਲ ਹੋਵੇਗਾ, ਫਿਰ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਰੋਲਾ ਪਾਉਣਗੇ। ਅਤੇ ਜੇ ਸਿਰਫ ਇਸ 'ਤੇ ਸਿਆਸਤ ਹੋਵੇਗੀ, ਫਿਰ ਕਿਸਾਨ ਦੀ ਗੱਲ ਨਹੀਂ ਹੋਵੇਗੀ, ਅਸੀਂ ਗੱਲ ਕਿਸਾਨ ਦੀ ਕਰ ਰਹੇ ਹਾਂ। ਵਾਪਸ ਆ ਰਹੇ ਹਾਂ, ਇੱਕ ਪੁੱਛ ਰਹੇ, ਬੜਾ ਸਵਾਲ ਸੀ ਇਹ ਪੁੱਛ ਰਹੇ, ਹਰਸਿਮਰਤ ਕੌਰ ਬਾਦਲ ਦੀ ਕੁਰਸੀ ਛੱਡਣ ਵਾਲੇ ਫੈਸਲੇ 'ਤੇ ਸਿਆਸੀ ਡਰਾਮੇ ਵਾਲਾ ਰੌਲਾ ਕਿਉਂ ਪਿਆ? ਚੀਮਾ ਸਾਹਿਬ, ਇਹ ਬਾਦਲਾਂ ਨੇ ਡਰਾਮਾ ਕੀਤਾ ਸਰ? ਦੇਖੋ, ਸਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਦਾ NDA ਦਾ ਗੱਠਜੋੜ ਹੈ, ਔਰ ਬੜਾ ਪੁਰਾਣਾ ਗੱਠਜੋੜ ਹੈ। ਮੈਂ ਇਹ, ਕਿਉਂਕਿ ਸਾਡੀਆਂ ਪਾਰਟੀਆਂ ਦਾ ਗੱਠਜੋੜ ਜ਼ਰੂਰ ਹੈ ਪਰ ਸੰਗਠਨ ਅਲੱਗ ਅਲੱਗ ਨੇ। ਸ਼੍ਰੋਮਣੀ ਅਕਾਲੀ ਦਲ ਦਾ ਸੰਗਠਨ ਆਪਣਾ ਕੰਮ ਕਰ ਰਿਹਾ, ਭਾਰਤੀ ਜਨਤਾ ਪਾਰਟੀ ਦਾ ਸੰਗਠਨ ਆਪਣੇ ਤੌਰ 'ਤੇ ਕੰਮ ਕਰ ਰਿਹਾ। ਸੋ ਮੈਂ ਇਸ ਗੱਲ 'ਤੇ ਕੋਈ ਟਿੱਪਣੀ ਨਹੀਂ ਕਰੂੰਗਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਇੰਟਰਨਲ ਫੈਸਲਾ, ਅਜੇ ਵੀ ਉਹ NDA ਦਾ ਹਿੱਸਾ ਨੇ, ਵਜ਼ੀਰੀ ਛੱਡੀ ਆ ਉਹਨਾਂ ਨੇ, ਅਜੇ NDA ਦੇ ਉਹ ਹਿੱਸੇਦਾਰ ਨੇ ਸਾਡੇ। ਸਰ, ਇਹ ਡਰਾਮਾ ਕੀਤਾ ਅਕਾਲੀ ਦਲ ਨੇ? ਡਰਾਮਾ ਕੀਤਾ ਸਰ, ਅਕਾਲੀ ਦਲ ਨੇ ਡਰਾਮਾ ਕੀਤਾ? ਕਿੰਤੂ ਪ੍ਰੰਤੂ ਨਹੀਂ ਕਰ ਰਿਹਾ, ਇਹ ਸ਼੍ਰੋਮਣੀ ਅਕਾਲੀ ਦਲ ਦਾ ਇੰਟਰਨਲ ਫੈਸਲਾ, ਇਹ ਉਹ ਜ਼ਿਆਦਾ ਜਾਣ ਸਕਦੇ। ਸਰ, ਡਟ ਕੇ ਸਟੇਟਮੈਂਟ ਦਿਓ ਨਾ ਸਰ, ਚੀਮਾ ਸਾਹਿਬ, ਡਟ ਕੇ ਸਟੇਟਮੈਂਟ ਦਿਓ ਨਾ, ਘਬਰਾਉਣੇ ਕੋ ਪਹਿਲੇ ਡਟ ਕੇ ਸਟੇਟਮੈਂਟ ਦਿਓ ਨਾ, ਜੇ ਡਰਾਮਾ ਕੀਤਾ ਕੋ ਇਹਨਾਂ ਨੂੰ ਸਾਹਮਣੇ ਡਰਾਮਾ ਕਰ ਰਹੇ ਹੋ ਤੁਸੀਂ? ਤੁਸੀਂ ਮੇਰੇ ਮੂੰਹ 'ਚ ਸ਼ਬਦ ਨਹੀਂ ਪਾ ਸਕਦੇ। ਮੈਂ ਨਹੀਂ ਪਾ ਰਿਹਾ ਸਰ, ਮੈਂ ਨਹੀਂ ਪਾ ਰਿਹਾ, ਤੁਸੀਂ ਡਟ ਕੇ ਸਟੇਟਮੈਂਟ ਕਿਉਂ ਨਹੀਂ ਦੇ ਰਹੇ? ਜਾਂ ਇੱਕ ਮਿੰਟ ਸਰ, ਚੀਮਾ ਸਾਹਿਬ, ਚੀਮਾ ਸਾਹਿਬ, ਜੇ ਮੈਂ ਕਿਸਾਨ ਦੀ ਗੱਲ ਤੇ ਸ਼ਬਦ ਜਿਹੜੇ ਕਹਿਣੇ ਸੀ ਡਟ ਕੇ ਕਹੇ ਹੈ, ਪਰ ਜਿੱਥੇ ਸਾਡੀ ਭਾਈਵਾ, ਕਿਉਂਕਿ ਸਾਡੀ ਭਾਈਵਾਲੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਕੀ ਉਹਨਾਂ ਨੇ ਸੋਚ ਕੇ ਕੀਤਾ ਉਹਦੇ ਬਾਰੇ? ਉਹਨਾਂ ਦਾ ਇੰਟਰਨਲ ਚੀਮਾ ਸਾਹਿਬ, ਚੀਮਾ ਸਾਹਿਬ, ਚੂਜ਼ ਕਰ ਲਓ ਨਾ, ਕਿਸਾਨ ਦੇ ਨਾਲ ਖੜਨਾ ਜਾਂ BJP ਦੇ ਨਾਲ ਖੜਨਾ ਜਾਂ ਭਾਈਵਾਲਾਂ ਦੇ ਨਾਲ ਖੜਨਾ, ਸਾਰੇ ਚੂਜ਼ ਤਾਂ ਕਰ ਲਓ ਨਾ। BJP ਨੂੰ ਨਾ ਸਿਖਾਓ ਕਿ ਕਿਸਾਨ ਨਾਲ ਕਿਸ ਤਰ੍ਹਾਂ ਖੜਨਾ ਹੈ। ਅੱਜ ਤੱਕ ਜੇ ਕਿਸਾਨ ਦੇ ਲਈ ਕੋਈ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ? ਕਿਸਨੇ ਕੀਤੀ ਹੈ? ਅੱਜ ਤੱਕ 200 ਰੁਪਏ ਜਾਂ 100 ਰੁਪਇਆ ਝੋਨੇ ਤੇ ਕਣਕ ਦੇ ਰੇਟ ਤੇ ਬਾਕੀ ਫਸਲਾਂ ਦੇ ਰੇਟਾਂ 'ਚ ਵਾਧਾ ਕੀਤਾ? ਕਿਸਨੇ ਕੀਤਾ? ਇਸ ਗੱਲ ਦੀ ਸਾਨੂੰ ਸਮਝ ਨਾ ਸਿਖਾਓ। ਜੇ ਅਸੀਂ ਭਾਰਤੀ ਜਨਤਾ ਪਾਰਟੀ 'ਚ ਕੰਮ ਕਰਦੇ ਹਾਂ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਿਸਾਨ ਨਹੀਂ ਹੈਗੇ। ਅਸੀਂ ਪਹਿਲਾਂ ਕਿਸਾਨ ਆ, ਕਿਸਾਨੀ ਦੀ ਗੱਲ ਕਰਦੇ ਹਾਂ, ਕਿਸਾਨ ਦੇ ਹਿੱਤਾਂ ਦੀ ਗੱਲ ਕਰਦੇ ਹਾਂ। ਜਿਸ ਦਿਨ, ਮੈਂ ਪਹਿਲਾਂ ਵੀ ਕਿਹਾ, ਜਿਸ ਦਿਨ ਮੰਡੀਕਰਨ ਨੂੰ ਖਤਰਾ ਹੋਊਗਾ, ਜਿਸ ਦਿਨ MSP ਦੀ ਕੋਈ ਟੁੱਟਣ ਦੀ ਗੱਲ ਹੋਊਗੀ, ਉਸ ਦਿਨ ਸਭ ਤੋਂ ਅੱਗੇ ਮਿਸਟਰ ਚੀਮਾ ਦਿਖੂਗਾ ਤੁਹਾਨੂੰ। ਚਲੋ, ਠੀਕ ਠੀਕ ਹੈ, ਮੈਂ ਸਵਾਗਤ ਕਰਦਾ ਸਰ ਤੁਹਾਡੇ ਇਸ ਸਟੇਟਮੈਂਟ ਦਾ, ਸਵਾਗਤ ਕਰਦਾ ਚੀਮਾ ਸਾਹਿਬ। ਸਰ, ਮੱਕੀ ਦੀ MSP ਪਤਾ ਤੁਹਾਨੂੰ ਕਿੰਨੀ ਹੈ? ਮੈਨੂੰ ਇਹ ਦੱਸੋ, 2014 ਤੋਂ ਪਹਿਲਾਂ ਮੱਕੀ MSP ਤੇ ਵਿਕਦੀ ਸੀ? ਸਰ, ਮੱਕੀ ਦੀ MSP ਕਿੰਨੀ ਹੈ ਚੀਮਾ ਸਾਹਿਬ? ਸਰ, 2014 ਚ ਕਿਉਂ ਜਾ ਰਹੇ ਹੋ ਤੁਸੀਂ? ਤੁਸੀਂ ਗੱਲਾਂ, ਮੈਂ ਕਰ ਲੂੰਗਾ, 2014 ਵਾਲੇ ਬੈਠੇ ਆ ਸਰ, ਉਹ ਬੈਠੇ 2014 ਵਾਲੇ, ਕਰ ਲੂੰਗਾ ਸਵਾਲ ਸਰ ਉਹਨਾਂ ਨੂੰ। ਤੋਂ ਪਹਿਲਾਂ ਮੇਰੀ ਗੱਲ ਦਾ ਜਵਾਬ ਦਿਓ, 2014 ਤੋਂ ਪਹਿਲਾਂ ਮੱਕੀ MSP ਤੇ ਵਿਕਦੀ ਸੀ? ਨਹੀਂ ਵਿਕਦੀ ਸੀ ਸਰ, ਨਹੀਂ ਵਿਕਦੀ ਸੀ, ਮੈਂ ਕਹਿ ਰਿਹਾ ਨਹੀਂ ਵਿਕਦੀ ਸੀ। MSP ਤੇ ਵਿਕਦੀਆਂ ਸੀ ਇਹ ਜਿਹੜੇ ਆਰਡੀਨੈਂਸ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵੀ ਨਾਪ ਕੇ ਬੈਠੇ ਤੇ ਤੁਸੀਂ ਵੀ ਨਾਪ ਕੇ ਬੈਠੇ ਹੋ। ਕਿਹਦੀਆਂ ਰਿਪੋਰਟਾਂ ਜੀ? ਸਰ, ਮੈਂ ਤੁਹਾਨੂੰ ਸਿੰਪਲ ਜਿਹਾ ਸਵਾਲ ਕੀਤਾ ਚੀਮਾ ਸਾਹਿਬ, ਮੱਕੀ ਦੀ MSP ਕਿੰਨੀ ਹੈ ਤੇ ਮੱਕੀ ਦਾ ਇਸ ਵੇਲੇ ਹਾਲ ਕੀ ਹੈ? ਮੈਂ ਜਿਹੜੀ ਗੱਲ ਮੈਂ ਕਹਿਣਾ ਚਾਹ, ਉਸ ਨੂੰ ਸੁਣਨ ਦਾ ਮਾਦਾ ਰੱਖੋ ਜੀ, ਜਾਂ ਦਰਸ਼ਕਾਂ ਨੂੰ ਸੁਣਾਉਣ ਦਾ ਮਾਦਾ ਰੱਖੋ। ਮੈਂ ਸਿੱਧਾ ਜਵਾਬ ਦਿੱਤਾ ਕਿ 2014 ਤੋਂ ਪਹਿਲਾਂ ਮੱਕੀ MSP ਤੇ ਵਿਕਦੀ ਸੀ।
ਜਿਹੜੇ ਸਰਕਾਰ ਆਰਡੀਨੈਂਸ ਲੈ ਕੇ ਆਈ ਹੈ ਉਹ ਇਸੇ ਕਰਕੇ ਲੈ ਕੇ ਆਈ ਹੈ ਕਿ ਜਿਹੜੀਆਂ ਕਿਸਾਨ ਦੀਆਂ ਬਾਕੀ ਫਸਲਾਂ ਰੋਲਦੀਆਂ ਉਹਨੂੰ ਉਸ ਦਾ ਸਹੀ ਮੁੱਲ ਮਿਲ ਸਕੇ। ਜਿੰਨੇ ਬਾਹਰ ਵੱਧ ਆਉਣਗੇ ਉਹਨਾਂ ਕਿਸਾਨ ਦੀ ਫਸਲ ਦਾ ਰੇਟ ਉਹਨੂੰ ਸਹੀ ਮਿਲੂਗਾ। ਠੀਕ ਹੈ ਜੀ ਬਸ, ਇਸ ਗੱਲ ਨੂੰ ਜੀਵਾ ਸਾਹਿਬ ਠੀਕ ਹੈ। ਯੂਪੀਏ ਸਰਕਾਰ ਚਲਾ ਰਹੀ ਹੈ ਨਾ, ਇਹ ਐਨਡੀਏ ਨਹੀਂ ਚਲਾ ਰਹੀ, ਯੂਪੀਏ ਚਲਾ ਰਹੀ ਹੈ। ਜੋ ਉਹਨਾਂ ਦੀ ਨੀਤੀਆਂ ਸੀ ਤੁਸੀਂ ਉਹੀ ਚਲਾਉਣੀਆਂ, ਇਹਦਾ ਮਤਲਬ ਇਹੀ ਹੋਇਆ ਨਾ, ਤੁਹਾਡਾ ਤਰਕ ਤਾਂ ਇਹੀ, ਮੈਨੂੰ ਇਹੀ ਦੱਸ ਰਿਹਾ। ਸਾਡੀਆਂ ਆਪਣੀਆਂ ਨੀਤੀਆਂ ਜੀ, ਅਸੀਂ ਕਿਸਾਨ ਦੀ ਗੱਲ ਕਰਦੇ ਹਾਂ, ਕਿਸਾਨ ਦੇ ਕਲਿਆਣ ਦੀ ਗੱਲ ਕਰਦੇ ਹਾਂ, ਕਿਸਾਨ ਦੇ ਇਨਕਮ ਦੀ ਵਾਧੇ ਦੀ ਗੱਲ ਕਰਦੇ ਹਾਂ, ਕਿਸਾਨ ਨੂੰ ਉਹਨਾਂ ਦੀਆਂ ਫਸਲਾਂ ਦਾ ਸਹੀ ਰੇਟ ਦਵਾਉਣ ਦੀ ਗੱਲ ਕਰਦੇ ਹਾਂ। ਤੇ ਜੇ ਕੋਈ ਕਾਨੂੰਨ ਕਿਸਾਨ ਦੇ ਲਈ ਲੈ ਕੇ ਆ ਰਹੇ ਹਾਂ, ਉਹਨਾਂ ਕਾਨੂੰਨਾਂ ਦੇ ਨਾਲ ਮੈਂ ਅੱਜ ਵੀ ਕਹਿ ਰਿਹਾ ਕਿ ਕਿਸਾਨ ਨੂੰ ਇੱਕ ਐਕਸਟਰਾ ਪਲੇਟਫਾਰਮ ਦਿੱਤਾ ਜਾ ਰਿਹਾ, ਕਿਸਾਨ ਤੇ ਕੋਈ ਬੈਨ ਨਹੀਂ, ਕਿਸਾਨ ਆਪਣੀ ਫਸਲ ਮੰਡੀ ਤੇ ਵੇਚ ਸਕਦਾ ਜਾਂ ਕਿਤੇ ਹੋਰ ਵੇਚ ਸਕਦਾ। ਐਮਐਸਪੀ ਤੇ ਕੋਈ ਗਰੰਟੀ ਕਾਨੂੰਨ ਬਣਾ ਦਿਓ ਸਰ, ਵੀ ਐਮਐਸਪੀ ਤੇ ਵਿਕੂ ਇਦੋਂ ਘੱਟ ਵਿਕੂਗੀ ਨਹੀਂ, ਬਣਾ ਦਿਓ ਨਾ ਫਿਰ, ਜੇ ਇਹਨੇ ਤੁਸੀਂ ਕਿਸਾਨ ਤੇ ਸ਼ੋ ਬਣਾ ਦਿਓ ਨਾ ਸਰ। ਮੈਂ ਹੁਣ ਮੇਰੀ ਇੱਕ ਗੱਲ ਸੁਣ ਲਓ, ਕੱਲ ਹਰਿਆਣੇ ਦੇ ਜਿਹੜੇ ਕਿਸਾਨ ਸੀ ਉਹ ਸਾਡੇ ਧਨਖੜ ਜੀ ਨਾਲ ਤੇ ਅਨਿਲ ਵਿਜ ਜੀ ਨਾਲ ਮਿਲੇ ਸੀ, ਨਰਿੰਦਰ ਸਿੰਘ ਤੋਮਰ ਨੂੰ, ਉਹਨਾਂ ਨੇ 7 ਮੰਗਾਂ ਰੱਖੀਆਂ ਸੀ ਤੇ ਤੋਮਰ ਸਾਹਿਬ ਨੇ ਉੱਥੇ ਉਹਨਾਂ ਨੂੰ ਇਹ ਸ਼ੋਰਟੀ ਦਿੱਤੀ ਹੈ ਕਿ ਕਾਨੂੰਨ ਬਣਿਆ ਇਹਦੇ 'ਚ ਜਦੋਂ ਮਰਜ਼ੀ ਆਪਾਂ ਜੋ ਸੋਧ ਕਹੋਗੇ ਉਹ ਕਰ ਸਕਦੇ ਹਾਂ। GST ਬਣੀ ਨੂੰ ਕਿੰਨਾ ਚਿਰ ਹੋ ਗਿਆ, ਉਹਦੇ 'ਚ ਹੁਣ ਤੱਕ ਸੋਧਾਂ ਹੋ ਰਹੀਆਂ, ਇਹ ਕਾਨੂੰਨ ਦੇ ਵਿੱਚ ਜਦੋਂ ਵੀ ਚਾਹੋਗੇ ਜੋ ਸੋਧ ਚਾਹੋਗੇ ਕਿਸਾਨਾਂ ਦੇ ਹਿੱਤਾਂ ਲਈ ਉਹ ਸੋਧ ਕੀਤੀ ਜਾਊਗੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਚਲੋ ਠੀਕ ਹੈ, ਪੋਲੀਟੀਕਲ ਸਟੇਟਮੈਂਟ ਹੈ ਸਰ। ਕਿੰਗਰਾ ਸਾਹਿਬ, ਕਿੰਗਰਾ ਸਾਹਿਬ ਤੁਸੀਂ ਹੁਣ ਰੋਲਾ ਪਾਈ ਜਾਂਦੇ ਹੋ ਕਿ ਅਕਾਲੀ ਦਲ ਡਰਾਮਾ ਕਰਦਾ ਪਿਆ, BJP ਹੈ ਉਹ ਕਿਸਾਨ ਵਿਰੋਧੀ ਹੈ, ਉਹ ਸਰ ਉਹ ਤੁਹਾਡੀਆਂ ਪ੍ਰਾਪਤੀਆਂ ਵੀ ਗਿਣਾਈਆਂ ਦੇ ਨਾਲ ਨਾਲ, ਤੁਸੀਂ ਕੀ ਕੀਤਾ ਕਿਸਾਨਾਂ ਨਾਲ? KP ਮੈਨੂੰ ਟਾਈਮ ਦੇਈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਲਿਖਿਆ ਇੱਕ ਸ਼ਬਦ ਹੈ, ਉਹਦੀਆਂ 3 ਲਾਈਨਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ। ਉਹ ਸ਼ਬਦ ਹੈ, ਆਪ ਨਾ ਬੁੱਝਾ ਲੋਕ ਬੁਝਾਈ, ਐਸਾ ਆਗੂ ਹੋਵਾਂ ਨਾਨਕ ਅੰਧਾ ਹੋਏ ਕੇ ਦੱਸੇ ਰਾਹੇ, ਸਭਸ ਮੁਹਾਏ ਸਾਥੇ ਅੱਗੇ ਗਿਆ ਮੋਹੇ ਮੂੰਹ ਪਾਏ, ਸੋ ਐਸਾ ਆਗੂ ਜਾਪੇ। ਅੱਜ ਇਹ ਹੋਇਆ ਬੀਬੀ ਹਰਸਿਮਰਤ ਕੌਰ ਬਾਦਲ ਦੇ ਨਾਲ। ਆਪ ਨਾ ਬੁੱਝਾ ਲੋਕ ਬੁਝਾਈ, ਅਕਾਲੀ ਦਲ ਦੇ ਆਗੂਆਂ ਨੂੰ ਆਪ ਨੂੰ ਨਹੀਂ ਪਤਾ ਸੀ ਵੀ ਇਹ ਐਕਟ ਜਿਹੜੇ ਨੇ ਇਹ ਕੀ ਨੇ, ਇਸ ਕਰਕੇ ਉਹ ਲੋਕਾਂ ਨੂੰ ਕੀ ਦੱਸਦੇ। 5-7 ਦਿਨ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਸਟੇਟਮੈਂਟ, ਕਿੰਗਰਾ ਸਾਹਿਬ ਇਹ ਸਟੇਟਮੈਂਟ ਨਾਲ ਮੈਂ ਸਹਿਮਤ ਨਹੀਂਗਾ ਵੀ ਅਕਾਲੀ ਦਲ ਨੂੰ ਨਹੀਂ ਪਤਾ ਸੀ ਉਸ ਆਰਡੀਨੈਂਸ ਵਿੱਚ ਕੀ ਆ ਰਿਹਾ। ਮੈਂ ਦੱਸਦਾ ਤੁਹਾਨੂੰ ਕਿਵੇਂ, ਮੈਂ ਤੁਹਾਨੂੰ ਦੱਸਦਾ, ਮੈਨੂੰ ਟਾਈਮ ਦੇਈ। ਹਾਂ ਬੋਲੋ ਸਰ, ਬੋਲੋ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 5-7 ਦਿਨ ਪਹਿਲਾਂ ਇੱਕ TV ਦੇ ਉੱਤੇ ਅਪੀਲ ਕੀਤੀ ਸੀ ਜਿਹਦੇ ਬਾਰੇ ਮੈਂ ਵੀਡੀਓ ਵੀ ਪਾਇਆ ਸੀ, ਉਹਦੇ ਵਿੱਚ ਵੀ ਉਹਨਾਂ ਨੇ ਪ੍ਰਸ਼ੰਸਾ ਕੀਤੀ ਸੀ ਇਹਨਾਂ ਉਸ ਵੇਲੇ ਆਰਡੀਨੈਂਸ ਸੀ ਹੈਗੇ, ਹੁਣ ਇਹ ਬਿੱਲ ਬਣ ਚੁੱਕੇ ਆ। ਦੂਜੀ ਗੱਲ ਜਿਹੜੀ ਵਲਟੋਆ ਸਾਹਿਬ ਨੇ ਕੀਤੀ ਆ, ਮੈਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ 2-3 ਸਵਾਲ ਕਰਨਾ ਚਾਹੁੰਦਾ, ਪੰਜਾਬ ਦੇ ਲੋਕ ਵੀ ਉਹ ਪੁੱਛਣਗੇ। ਪਹਿਲੀ ਗੱਲ ਤਾਂ ਕੋਈ ਵੀ ਆਰਡੀਨੈਂਸ ਜਦੋਂ ਇਸ਼ੂ ਹੁੰਦਾ ਕੈਬਨਿਟ ਦੇ ਸਾਰੇ ਮੰਤਰੀਆਂ ਨੂੰ ਜਾਂਦਾ ਉਹ ਕਮੈਂਟਸ ਵਾਸਤੇ, ਉਹ ਬੀਬੀ ਹਰਸਿਮਰਤ ਕੌਰ ਬਾਦਲ ਦੇ ਮੰਤਰਾਲੇ 'ਚ ਵੀ ਗਿਆ ਹੋਊਗਾ ਤੇ ਉਹ ਲੋਕ ਜਨਤਕ ਕਰੇ ਕਿ ਉਹਨੇ ਉਸ ਵੇਲੇ ਕਮੈਂਟ ਕੀ ਦਿੱਤੇ ਸੀ। ਦੂਜੀ ਉਹ ਕਮੈਂਟ ਜਨਤਕ ਕਰਨ ਵੀ ਅਸੀਂ ਕਮੈਂਟ ਕੀ ਦਿੱਤੇ ਸੀ। ਦੂਜੀ ਗੱਲ ਜਿਹੜੀ ਆ, ਜਦੋਂ ਕੈਬਨਿਟ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਬੈਠੀ ਆ, ਉੱਥੇ ਵੀ ਇਹਦੀ ਡਿਸਕਸ਼ਨ ਹੋਈ ਹੋਣੀ ਆ ਆਰਡੀਨੈਂਸਾਂ ਦੀ। ਇਹ ਆਰਡੀਨੈਂਸ ਉੱਥੇ ਪਾਸ ਹੋਏ ਆ, ਫਿਰ ਰਾਸ਼ਟਰਪਤੀ ਜੀ ਕੋਲੇ ਗਏ, ਫਿਰ ਉਹਨਾਂ ਨੇ ਦਸਖਤ ਕਰਕੇ ਆਰਡੀਨੈਂਸ ਕਨਫਰਮ ਕੀਤੇ ਆ। ਹੁਣ ਵਲਟੋਆ ਸਾਹਿਬ ਗੱਲ ਕਰਦੇ ਆ ਸਿਲੈਕਟ ਕਮੇਟੀ ਦੀ। ਵੇਖੋ, ਸਿਲੈਕਟ ਕਮੇਟੀ ਜਿਹੜੀ ਹੁੰਦੀ ਆ ਉਦੋਂ ਬਣਦੀ ਆ ਜਿੰਨਾ ਚਿਰ ਆਰਡੀਨੈਂਸ ਇਸ਼ੂ ਨਾ ਹੋਇਆ ਹੋਵੇ। ਇਹ ਆਰਡੀਨੈਂਸ ਇਸ਼ੂ ਹੋ ਕੇ ਕਾਨੂੰਨ ਬਣ ਗਿਆ ਸੀ, ਰਾਸ਼ਟਰਪਤੀ ਜੀ ਨੇ ਇੱਥੇ ਦਸਖਤ ਕਰਤੇ ਸੀ। ਇਹ ਹੁਣ ਪਾਰਲੀਮੈਂਟ ਦੇ ਵਿੱਚ ਰੀਕਨਫਰਮੇਸ਼ਨ ਵਾਸਤੇ ਆਇਆ, ਬਿੱਲ ਕਾਨੂੰਨ ਪੱਕਾ ਬਣਨ ਵਾਸਤੇ। ਇਹ 6 ਮਹੀਨੇ ਲਾਗੂ ਹੋ ਸਕਦਾ ਸੀ, ਇਹ ਲਾਗੂ ਹੋ ਰਿਹਾ ਸੀ। ਇਸ ਕਰਕੇ ਇਹ ਕਹਿਣਾ ਕਿ ਸਿਲੈਕਟ ਕਮੇਟੀ ਨੂੰ ਹੁਣ ਰੈਫਰ ਕਰੋ, ਇਹਦੇ ਤੇ ਪ੍ਰਾਈਮ ਰਾਸ਼ਟਰਪਤੀ ਸਾਹਿਬ ਦੀ ਪਹਿਲਾਂ ਹੀ ਜਿਹੜੀ ਅਨੁਮਤੀ ਮਿਲ ਚੁੱਕੀ ਹੈ, ਇਹ ਹੁਣ ਕਾਨੂੰਨ ਰੁਕ ਨਹੀਂ ਸਕਦਾ ਗਾ। ਰਾਸ਼ਟਰਪਤੀ ਇਹਨੂੰ ਰਿਜੈਕਟ ਵੀ ਨਹੀਂ ਕਰ ਸਕਦੇ, ਇਹ ਅਮੈਂਡ ਵੀ ਨਹੀਂ ਹੋ ਸਕਦਾ, ਕਿਉਂਕਿ ਪਹਿਲਾਂ ਹੀ ਆਰਡੀਨੈਂਸ ਜਾਰੀ ਹੋ ਚੁੱਕਿਆ। ਇਹ ਕੀ ਬੀਬੀ ਹਰਸਿਮਰਤ ਕੌਰ ਜਾਂ ਅਕਾਲੀ ਦਲ ਕੋਲੇ ਐਸੇ ਸੁਲਝੇ ਵਕੀਲ ਹੈ ਨਹੀਂ ਜਿਹੜੇ ਇਹ ਗੱਲਾਂ ਦੱਸ ਸਕਦੇ? ਇਹਨਾਂ ਕੋਲੇ ਵੀ ਅਫਸਰ ਹੈ। ਅਕਾਲੀ ਦਲ ਦਾ ਇਸ ਵੇਲੇ ਇਹ ਹਾਲ ਹੈ ਕਿ ਕਿਸੇ ਸਿਆਣੇ ਬੰਦੇ ਦੀ ਗੱਲ ਉੱਥੇ ਸੁਣੀ ਨਹੀਂ ਜਾਂਦੀ। ਹੁਣ ਤੁਸੀਂ ਆਓ ਅੱਗੇ ਬੀਬੀ ਹਰਸਿਮਰਤ ਕੌਰ ਦਾ ਡਰਾਮਾ, ਤੁਸੀਂ ਬੀਬੀ ਹਰਸਿਮਰਤ ਕੌਰ ਦਾ ਜਿਹੜਾ ਅਸਤੀਫਾ ਹੈ ਉਹ ਵਰਡ ਬਾਈ ਵਰਡ ਪੜੋ। ਮੈਂ ਉਹਦੇ ਵਿੱਚ 2-3 ਗੱਲਾਂ ਕੋਟ ਕਰਾਂਗਾ। ਇੱਕ ਤਾਂ ਉਹਨੇ ਕਿਹਾ ਅਕਾਲੀ ਦਲ ਜਿਹੜਾ ਉਹ ਕਿਸਾਨੀ ਵਾਸਤੇ ਤੇ ਫੈਡਰਲਿਜ਼ਮ ਵਾਸਤੇ ਕਮਿਟਿਡ ਹੈ। ਕਿਸਾਨੀ ਦੀ ਤਾਂ ਆਪਾਂ ਵੇਖ ਲਿਆ ਕਿਵੇਂ ਉਹਨਾਂ ਨੇ ਆਰਡੀਨੈਂਸ ਦੀ ਸਪੋਰਟ ਕੀਤੀ, ਉਦੋਂ ਅਸਤੀਫਾ ਨਹੀਂ ਦਿੱਤਾ। ਬਾਦਲ ਸਾਹਿਬ ਨੇ 5-7 ਦਿਨ ਪਹਿਲਾਂ ਕਿਵੇਂ ਆਰਡੀਨੈਂਸ ਦੇ ਹੱਕ 'ਚ ਬੋਲੇ, ਅੱਜ ਸਟੈਂਡ ਬਦਲ ਲਿਆ। ਆਪਾਂ ਆਈਏ ਫੈਡਰਲਿਜ਼ਮ ਦੀ, ਫੈਡਰਲਿਜ਼ਮ ਦੀ ਗੱਲ ਜਿਹੜੀ ਉਹਨੇ ਅਸਤੀਫੇ 'ਚ ਕੀਤੀ ਹੈ, ਜਿਹੜੀ ਅਕਾਲੀ ਦਲ ਹਮੇਸ਼ਾ ਕਹਿੰਦਾ ਰਿਹਾ ਕਿ ਸੂਬਿਆਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਹੈ, ਉਹ ਮੈਨੂੰ ਦੱਸੋ GST ਵੇਲੇ ਕੀ ਹਰਸਿਮਰਤ ਕੌਰ ਬਾਦਲ ਨੇ ਕੋਈ ਆਵਾਜ਼ ਉਠਾਈ, ਅਕਾਲੀ ਦਲ ਨੇ ਕੋਈ ਆਵਾਜ਼ ਉਠਾਈ, ਕੀ ਨੋਟਬੰਦੀ 'ਤੇ ਕਿਤੇ ਆਵਾਜ਼ ਉਠਾਈ?
ਤੁਸੀਂ ਦੱਸੋ ਜਦੋਂ 370 ਧਾਰਾ ਪਾਸ ਹੋਈ ਹੈ ਪਾਰਲੀਮੈਂਟ ਦੇ ਵਿੱਚ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਲਟ ਵੋਟ ਪਾਈ ਕਿਹੜੇ ਫੈਡਰਲਿਜ਼ਮ ਦੀ ਗੱਲ ਕੀਤੀ ਹੈ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਦੇ ਰੈਜ਼ਿਗਨੇਸ਼ਨ ਲੈਟਰ ਦੇ ਵਿੱਚ ਉਹ ਲੈਟਰ ਪੜ੍ਹੋ ਤੁਸੀਂ ਉਹ ਪ੍ਰਸ਼ੰਸਾ ਪੱਤਰ ਹੈ ਪ੍ਰਧਾਨ ਮੰਤਰੀ ਜੀ ਵਾਸਤੇ ਇਹ ਵੱਖਰੀ ਗੱਲ ਹੈ ਇਹਨਾਂ ਦੀ ਸਾਂਝ ਹੈ ਜਿਹੜੀ ਤੁਸੀਂ ਗੱਲ ਕਰਦੇ ਹੋ ਜਥੇਦਾਰ ਤੋਤਾ ਸਿੰਘ ਪ੍ਰਧਾਨ ਹੁੰਦੇ ਸੀ ਅਕਾਲੀ ਦਲ ਦੇ ਉਦੋਂ ਮੇਰੇ ਕੋਲੇ ਆ ਕੇ ਰੁਕੇ ਸੀ 7-8 ਦਿਨ ਮੈਂ ਉਹਨਾਂ ਨੂੰ ਸੁਜੈਸਟ ਕੀਤਾ ਸੀ ਹਰਦੀਪ ਸਿੰਘ ਕਿੰਗਰੇ ਨੇ ਕਿ ਬੀਜੇਪੀ ਦੇ ਨਾਲ ਸਾਂਝ ਪਾਓ ਤੁਸੀਂ ਪੁੱਛ ਲਓ ਜਥੇਦਾਰ ਤੋਤਾ ਸਿੰਘ ਨੂੰ ਇਹ ਸਵਾਲ ਉਹ ਇਸ ਕਰਕੇ ਕੀਤਾ ਸੀ ਕਿ ਜੇ ਤੁਸੀਂ ਕੇਂਦਰ ਦੇ ਵਿੱਚ ਹਿੱਸਾ ਲੈਣਾ ਸਰਕਾਰ ਦੇ ਵਿੱਚ ਕਦੇ ਵੀ ਤਾਂ ਤੁਹਾਨੂੰ ਬੀਜੇਪੀ ਦੇ ਨਾਲ ਜੁੜਨਾ ਪਵੇਗਾ ਨਹੀਂ ਤੁਸੀਂ ਕੇਂਦਰ ਸਰਕਾਰ ਦੇ ਵਿੱਚ ਹਿੱਸਾ ਕਦੇ ਨਹੀਂ ਮਿਲਣਾ ਤੁਸੀਂ ਜਥੇਦਾਰ ਤੋਤਾ ਸਿੰਘ ਨੂੰ ਇਹ ਪੁੱਛ ਲਿਓ ਵੀ ਮੈਂ ਕੀਤੀ ਸੀ ਕਿ ਨਹੀਂ ਗੱਲ ਉਹਨਾਂ ਦੇ ਨਾਲ ਸੋ ਇਹ ਗੱਲਾਂ ਜਿਹੜੀਆਂ ਨੇ ਅਕਾਲੀ ਦਲ ਇਸ ਵੇਲੇ ਉਹ ਅਕਾਲੀ ਦਲ ਨਹੀਂ ਹੈ ਜਿਹੜਾ ਫੈਡਰਲਿਜ਼ਮ ਪਿੱਛੇ ਲੜਦਾ ਸੀ ਤੁਸੀਂ ਫਸਾਇਆ ਤੁਸੀਂ ਅਕਾਲੀ ਦਲ ਨੂੰ ਫਸਾਇਆ ਨਾ ਮਦਨ ਸਰ ਬੀਜੇਪੀ ਨਾਲ ਤੋਰ ਕੇ ਕਿੰਗਰਾ ਸਾਹਿਬ ਅਕਾਲੀ ਦਲ ਨੂੰ ਫਸਾਤਾ ਤੁਸੀਂ ਬੀਜੇਪੀ ਨਾਲ ਤੋਰ ਕੇ ਇਹ 32 ਸਾਲ ਪੁਰਾਣੀ ਗੱਲ ਦੱਸੀ ਹੈ ਮੈਂ ਤੁਹਾਨੂੰ ਉਦੋਂ ਬੀਜੇਪੀ ਚੰਗੀ ਸੀ ਸਰ ਉਦੋਂ ਬੀਜੇਪੀ ਚੰਗੀ ਸੀ ਕਾਂਗਰਸ ਨੂੰ ਉਦੋਂ ਬੀਜੇਪੀ ਚੰਗੀ ਲੱਗਦੀ ਸੀ ਨਹੀਂ ਦੇਖੋ ਮੈਂ ਜਿਹੜੀ ਗੱਲ ਕਰਦਾ ਤੁਸੀਂ ਉਦੋਂ ਨਹੀਂ ਹੈਗੇ ਸੀ ਪੋਲਿਟਿਕਸ ਮੈਂ ਸਮਝਦਾ ਗੱਲ ਤੁਹਾਡੀ ਹਾਂ ਮੈਂ ਉਦੋਂ ਇੱਕ ਸਲਾਹਕਾਰ ਸੀ ਅਕਾਲੀ ਦਲ ਦਾ ਉਹ ਮੇਰੀ ਗੱਲ ਸੁਣਦੇ ਸੀ ਲੇਕਿਨ ਅੱਜ ਕੱਲ ਅਕਾਲੀ ਦਲ ਦੇ ਸਲਾਹਕਾਰਾਂ ਦੀ ਗੱਲ ਨਹੀਂ ਸੁਣੀ ਜਾਂਦੀ ਚਲੋ ਮੈਂ ਇਸੇ ਸਲਾਹਕਾਰਾਂ ਵਾਲੇ ਸਵਾਲ ਤੇ ਆ ਰਿਹਾ ਸਰ ਇਸੇ ਸਵਾਲ ਤੇ ਆ ਰਿਹਾ ਅਗਲੀ ਗੱਲ ਸੁਣੋ ਨਹੀਂ ਇੱਕ ਛੋਟੀ ਜੀ ਗੱਲ ਹੋਰ ਸੁਣੋ ਮੇਰੀ ਬੋਲੋ ਅੱਜ ਕੱਲ ਅਕਾਲੀ ਦਲ ਜਿਹੜਾ ਨਾ ਤਾਂ ਫੈਡਰਲਿਜ਼ਮ ਦੇ ਹੱਕ 'ਚ ਹੈ ਨਾ ਹੀ ਕਿਸਾਨੀ ਦੇ ਹੱਕ 'ਚ ਹੈ ਅੱਜ ਕੱਲ ਅਕਾਲੀ ਦਲ ਬਾਦਲ ਐਂਡ ਕੰਪਨੀ ਹੈ ਪੰਜ ਮੰਤਰੀ ਇੱਕ ਪਰਿਵਾਰ ਦੇ ਸੀ ਬਲਟਵਾ ਸਾਹਿਬ ਜਵਾਬ ਦਿਓ ਪੰਜਾਬ ਦੇ ਲੋਕਾਂ ਨੂੰ ਚੋ ਮੈਂ ਆ ਰਿਹਾ ਵਾਪਸ ਇਸੇ ਸਵਾਲ ਤੇ ਵਾਪਸ ਆ ਰਿਹਾ ਹਰਦੀਪ ਸਿੰਘ 18 ਦੇ ਵਿੱਚੋਂ ਪੰਜ ਮੰਤਰੀ ਇੱਕ ਪਰਿਵਾਰ ਦਾ ਤੁਸੀਂ ਕਹਿੰਦੇ ਹੋ ਅਕਾਲੀ ਦਲ ਸੀ ਇਹ ਬਾਦਲ ਐਂਡ ਕੰਪਨੀ ਸੀ ਮੈਂ ਇਸੇ ਸਵਾਲ ਤੇ ਵਾਪਸ ਆ ਰਿਹਾ ਸਰ ਅੱਜ ਵੀ ਬਾਦਲ ਐਂਡ ਕੰਪਨੀ ਹੈ ਠੀਕ ਹੈ ਸਰ ਮੈਂ ਇਸੇ ਸਵਾਲ ਤੇ ਵਾਪਸ ਆ ਰਿਹਾ ਮੈਂ ਤੁਹਾਨੂੰ ਹੋਰ ਕਹਾਣੀ ਦੱਸ ਮੈਂ ਆ ਰਿਹਾ ਸਰ ਕਿੰਗਰ ਸਾਹਿਬ ਆ ਰਿਹਾ ਸਰ ਤੁਹਾਨੂੰ ਪੂਰਾ ਮੌਕਾ ਦੂੰਗਾ ਇੱਕ ਛੋਟਾ ਬ੍ਰੇਕ ਲੈ ਲਈਏ ਸਰ ਬ੍ਰੇਕ ਤੋਂ ਵਾਪਸ ਆ ਕੇ MSP ਵਾਲੀ ਮੰਡੀ ਵਿੱਚ ਸਿਆਸੀ ਫਸਲ ਹੈ ਜਿਹੜੀ ਉਹ ਕਿਉਂ ਸੱਚ ਚੁੱਕੀ ਹੈ ਤੇ ਉਹਦੇ ਬੋਲੀ ਲਾਉਣ ਵਾਲੇ ਕਿੰਨੇ ਲੋਕ ਹੈਗੇ ਆ ਸਵਾਲ ਇਹ ਵੀ ਹੈਗਾ ਮਸਲਾ ਕਿਸਾਨੀ ਤੋਂ ਕੁਰਸੀ ਤੱਕ ਆ ਗਿਆ ਕੁਰਸੀ ਛੱਡਣੀ ਪਈ ਉਸ ਤੋਂ ਬਾਅਦ ਹੁਣ ਸਵਾਲ ਇਹ ਆ ਗਿਆ ਕਿ ਅਗਲਾ ਪਲਾਨ ਤਿਆਰ ਹੋ ਰਿਹਾ ਪਰ ਸਵਾਲ ਇਹ ਹੈਗਾ ਕਿ ਜਿਹੜਾ ਕੁਛ ਹੁਣ ਤੱਕ ਹੋਇਆ ਕਿ ਉਹ ਸਾਰੀਆਂ ਚੀਜ਼ਾਂ ਜਨਤਕ ਕੀਤੀਆਂ ਜਾਣਗੀਆਂ 5 ਜੂਨ ਤੋਂ ਲੈ ਕੇ 17 ਸਤੰਬਰ ਤੱਕ ਕੀ ਕੁਛ ਹੋਇਆ ਅਕਾਲੀ ਦਲ ਨੂੰ ਇਸ ਅਹੁਦੇ ਨੂੰ ਛੱਡਣਾ ਕਿਉਂ ਪਿਆ ਅਕਾਲੀ ਦਲ ਕੀ ਇਹ ਸਾਫ਼ ਸਾਫ਼ ਦੱਸੇਗਾ ਜਾਂ ਨਹੀਂ ਦੱਸੇਗਾ ਬ੍ਰੇਕ ਤੋਂ ਵਾਪਸ ਆ ਕੇ ਸਵਾਲ ਹੋਵੇਗਾ ਜ਼ਰੂਰ ਸਵਾਲ ਵੱਡਾ ਇਹ ਪੁੱਛ ਰਹੇ ਹਾਂ ਅਸੀਂ ਹਰਸਿਮਰਤ ਕੌਰ ਬਾਦਲ ਦੇ ਕੁਰਸੀ ਛੱਡਣ ਵਾਲੇ ਫੈਸਲੇ 'ਤੇ ਸਿਆਸੀ ਡਰਾਮੇ ਵਾਲਾ ਰੌਲਾ ਕਿਉਂ ਪਿਆ ਵਿਰਸਾ ਸਿੰਘ ਬਲਟੋਆ ਇੱਕ ਤਾਂ ਹਰਦੀਪ ਸਿੰਘ ਕਿੰਗਰਾ ਦਾ ਸਵਾਲ ਹੈ ਕਿ ਇਹ ਬਾਦਲ ਪਰਿਵਾਰ ਤੱਕ ਸੀਮਤ ਹੋ ਕੇ ਰਹਿ ਗਿਆ ਅਕਾਲੀ ਦਲ ਦਾ ਬੜਾ ਮਾਣ ਮਤਾ ਇਤਿਹਾਸ ਰਿਹਾ ਮੋਰਚਿਆਂ ਵਾਲਾ ਇੱਕ ਸਵਾਲ ਦਾ ਇਹ ਜਵਾਬ ਚਾਹੀਦਾ ਦੂਜਾ ਸਵਾਲ ਇਹ ਹੈ ਬਲਟੋਆ ਸਾਹਿਬ ਹਰਸਿਮਰਤ ਕੌਰ ਬਾਦਲ ਕੁਰਸੀ ਛੱਡਦੇ ਆ ਉਸ ਤੋਂ ਬਾਅਦ ਉਹ ਕਹਿੰਦੇ ਆ ਕਿ ਮੇਰੇ ਮਹਿਕਮੇ ਕੋਲ ਵੀ ਆਇਆ ਸੀਗਾ ਇਹ ਆਪਦੇ ਕਮੈਂਟਸ ਦੇਣੇ ਸੀਗੇ ਮੈਂ ਕਮੈਂਟਸ ਦਿੱਤੇ ਆ ਮੈਂ ਉਦੋਂ ਵੀ ਦਰਜ ਕਰਾਏ ਸੀਗੇ ਸਵਾਲ ਇਹ ਹੈਗਾ ਸਰ ਉਹ ਕਮੈਂਟਸ ਜਨਤਕ ਕਰ ਦਿਓ ਤੁਸੀਂ ਲੋਕਾਂ ਨੂੰ ਪਤਾ ਲੱਗ ਜਾਏ ਕਿ ਤੁਸੀਂ 5 ਜੂਨ ਤੋਂ ਹੀ ਬੀਜੇਪੀ ਅਤੇ NDA ਅਤੇ ਆਪਦੇ ਭਾਈਵਾਲ 'ਤੇ ਸ਼ੱਕ ਕਰਦੇ ਪਏ ਸੀ ਬਲਟਵਾ ਸਾਹਿਬ ਦੋ ਸਵਾਲ ਆ ਸਰ ਦੇਖੋ KP ਜੀ ਤੁਸੀਂ ਆਪ ਹੀ ਸਵਾਲ ਕਰ ਲਿਆ ਜਿਹੜਾ ਕਿੰਗਰਾ ਸਾਹਿਬ ਨੇ ਕੀਤਾ ਸੀਗਾ ਕਿ ਜਦੋਂ ਵੀ ਕੋਈ ਅਜਿਹਾ ਆਰਡੀਨੈਂਸ ਆਉਂਦਾ ਆ ਉਹ ਕਮੈਂਟਸ ਵਾਸਤੇ ਜਿਹੜਾ ਆ ਕੈਬਨਿਟ ਵਜ਼ੀਰ ਕੋਲ ਵੀ ਜਾਂਦਾ ਕਿਸੇ ਵੀ ਡਿਪਾਰਟਮੈਂਟ ਨਾਲ ਸੰਬੰਧਿਤ ਹੋਵੇ ਉਹਦੇ ਬਾਰੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਮੀਡੀਆ ਦੇ ਵਿੱਚ ਬਕਾਇਦਾ ਸਪਸ਼ਟ ਕੀਤਾ ਕਿ ਉਹਨਾਂ ਨੇ ਕੀ ਕਮੈਂਟ ਦਿੱਤੇ ਔਰ ਉਹ ਜਿਹੜੇ ਕਮੈਂਟ ਨੇ ਉਹਨਾਂ ਨੇ ਬਕਾਇਦਾ ਜਿਹੜਾ ਮੀਡੀਆ ਵਿੱਚ ਸਪਸ਼ਟ ਕਰ ਦਿੱਤਾ ਹੈ ਔਰ ਜਿਹੜੀ ਤੁਸੀਂ ਗੱਲ ਕੀਤੀ ਕਿ ਜਨਤਕ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਜਨਤਕ ਕੀਤੇ ਜਾਣ ਦੂਸਰੀ ਗੱਲ ਜਿਹੜੀ ਮੇਰੀ ਕਿੰਗਰਾ ਸਾਹਿਬ ਨੂੰ ਇੱਕੋ ਸਵਾਲ ਹੈ ਕਿ ਜਿਹੜੇ ਆਰਡੀਨੈਂਸ ਬਣੇ ਇਹ ਤੇ ਚਲੋ ਬਣਨ ਤੋਂ ਬਾਅਦ ਬੀਬਾ ਜੀ ਕੋਲੇ ਕਮੈਂਟਸ ਵਾਸਤੇ ਗਏ ਇਹ ਮਈ ਮਹੀਨੇ 'ਚੋਂ ਕਹਿੰਦੇ ਗਏ ਆ ਮਈ 2020 ਦੇ ਵਿੱਚ ਤੇ 5 ਜੂਨ 2020 ਨੂੰ ਇਹ ਜਿਹੜਾ ਆਰਡੀਨੈਂਸ ਜਾਰੀ ਕਰ ਦਿੱਤਾ ਜਾਂਦਾ ਹੈ ਜਿਹੜੀ 1 ਜੁਲਾਈ 2019 ਨੂੰ ਹਾਈ ਪਾਵਰ ਕਮੇਟੀ ਇਹਨਾਂ ਆਰਡੀਨੈਂਸਾਂ ਦੀ ਡਰਾਫਟਿੰਗ ਵਾਸਤੇ ਬਣਦੀ ਹੈ ਨੀਤੀ ਆਯੋਗ ਦੀਆਂ ਮੀਟਿੰਗਾਂ ਕਰਦੇ ਹੈ ਉਹਦੇ ਵਿੱਚ ਬਕਾਇਦਾ ਜਿਹੜਾ 8 ਸਟੇਟਾਂ ਦੇ CM ਜਿਹੜੇ ਸ਼ਾਮਿਲ ਕੀਤੇ ਜਾਂਦੇ ਹੈ ਜਿਹਦੇ ਵਿੱਚ ਪੰਜਾਬ ਸਟੇਟ ਦੇ CM ਕੈਪਟਨ ਅਮਰਿੰਦਰ ਸਿੰਘ ਇੱਕ ਮੈਂਬਰ ਸੀਗੇ ਔਰ ਉਹਦੀਆਂ ਮੀਟਿੰਗਾਂ ਦੇ ਵਿੱਚ ਪੰਜਾਬ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਬਿਹਾਫ ਆਫ ਦਾ CM ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨੁਮਾਇੰਦੇ ਦੇ ਤੌਰ ਤੇ ਉਹਨਾਂ ਦੇ ਰੂਪ ਦੇ ਤੌਰ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਿਹੜੇ ਆ ਹਾਈ ਪਾਵਰ ਕਮੇਟੀ ਦੀਆਂ ਮੀਟਿੰਗਾਂ ਦੇ ਵਿੱਚ ਜਿਹੜੀਆਂ ਨੀਤੀ ਆਯੋਗ ਦੀਆਂ ਸੀਗਾ ਇਸ ਆਰਡੀਨੈਂਸਾਂ ਦੀ ਡਰਾਫਟਿੰਗ ਨੂੰ ਲੈ ਕੇ ਸ਼ਾਮਿਲ ਹੁੰਦੇ ਆ ਔਰ ਡਰਾਫਟਿੰਗ ਕੀਤੀ ਜਾਂਦੀ ਹੈ ਹਰ ਨੁਕਤੇ ਨਾਲ ਉੱਥੇ ਸਹਿਮਤੀ ਜਿਤਾਈ ਜਾਂਦੀ ਹੈ ਤੇ ਕੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕੋਈ ਇਹੋ ਜਿਹਾ ਆਰਡੀਨੈਂਸ ਬਣ ਰਿਹਾ ਹੈ ਕੋਈ ਇਹੋ ਜਿਹਾ ਆਰਡੀਨੈਂਸ ਆ ਰਿਹਾ ਹੈ ਕਿਉਂਕਿ ਤੁਸੀਂ ਉੱਥੇ ਸਹਿਮਤੀ ਜਿਤਾਈ ਸੀ ਔਰ ਜਦੋਂ ਤੁਸੀਂ ਤੁਸੀਂ ਤੇ ਦੇਖੋ ਪਹਿਲੀ ਤੇ ਗੱਲ ਹੈ ਆਪਣੇ ਕਿੰਗਰਾ ਸਾਹਿਬ 2017 ਦਾ ਜਿਹੜਾ ਤੁਹਾਡਾ ਚੋਣ ਮੈਨੀਫੈਸਟੋ ਹੈ ਵਿਧਾਨ ਸਭਾ ਦਾ ਚੋਣਾਂ ਦਾ
ਉਹਦੇ ਵਿੱਚ ਵੀ ਤੁਸੀਂ ਜੇ ਕਿਹਾ ਸੀ ਕਿ APMC ਐਕਟ ਦੀ ਗੱਲ ਕੀਤੀ ਸੀਗੀ ਔਰ 2017 ਦੇ ਵਿੱਚ ਹੋਰ ਤੁਸੀਂ ਵਾਅਦਾ ਕੋਈ ਨਹੀਂ ਪੂਰਾ ਕੀਤਾ ਪਰ ਜਿਹੜੇ ਇਹ ਆਰਡੀਨੈਂਸ ਆ ਇਹਨਾਂ ਦੀ ਤਰਜਵਾਲਾ ਹੀ ਪੰਜਾਬ ਦੇ ਅੰਦਰ ਤੁਸੀਂ ਕਾਨੂੰਨ ਪਾਸ ਕਰ ਦਿੱਤਾ APMC ਐਕਟ ਜਿਹੜਾ ਆ 2017 ਅਗਸਤ ਦੇ ਵਿੱਚ ਤੁਸੀਂ ਪਾਸ ਕੀਤਾ ਕੀਤਾ ਕਿ ਨਹੀਂ ਕੀਤਾ ਕੀਤਾ ਹੈ ਨਾ ਹੁਣ ਆ ਜਾਓ ਤੁਸੀਂ ਕਿ GST ਦਾ ਰੋਣਾ ਰੋਈ ਜਾਂਦੇ ਜੇ ਸਭ ਤੋਂ ਵੱਧ ਜੇ ਹਿੰਦੁਸਤਾਨ ਚ ਕਿਸੇ ਨੇ ਪ੍ਰਸ਼ੰਸਾ ਕੀਤੀ ਹੈ GST ਦੀ ਜਦੋਂ GST ਲਾਗੂ ਹੋਣੀ ਸੀ ਜਾਂ ਹੋ ਰਹੀ ਸੀ ਤੇ ਉਸ ਸਮੇਂ ਮਨਪ੍ਰੀਤ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੋਲੇ ਗਏ ਵੱਡੋ ਸਾਹਿਬ ਤੁਹਾਡੀ ਗੱਲ ਠੀਕ ਹੈ ਵੱਡੋ ਸਾਹਿਬ ਤੁਹਾਡੀ ਗੱਲ ਠੀਕ ਹੈ ਮਨਪ੍ਰੀਤ ਬਾਦਲ ਨੇ ਵਿਧਾਨ ਸਭਾ ਵਿੱਚ ਵੀ ਖੜੇ ਹੋ ਕੇ ਗੱਲ ਕਹੀ ਸੀਗੀ ਉਸ ਤੋਂ ਪਹਿਲਾਂ ਪਰਮਿੰਦਰ ਢੀਂਡਸਾ ਨੇ ਵੀ ਮੀਟਿੰਗਾਂ ਅਟੈਂਡ ਕੀਤੀਆਂ ਸੀ ਸਰ ਕੁਝ ਦੇਰ ਉਹ ਤੁਹਾਡੇ ਨਾਲ ਰਹੇ ਆ ਉਦੋਂ ਜੋ ਸਰਕਾਰ ਵਿੱਚ ਮੰਤਰੀ ਹੁੰਦੇ ਸੀਗੇ ਹੁਣ ਸਰ ਉਹ ਤੁਹਾਡੇ ਨਾਲ ਦੋਨੋਂ ਹੀ ਨਹੀਂ ਹੈਗੇ ਮਨਪ੍ਰੀਤ ਵੀ ਹੈ ਨਹੀਂ ਨਾ ਢੀਂਡਸਾ ਸਾਹਿਬ ਹੈਗੇ ਆ चौधरी जी जो कल बोले ने अखीर ते जो बोले ने सब तो वध जे किसी की प्रशंसा की है जुर्त की प्रशंसा की है गर्स की प्रशंसा ਗੜ ਸ਼ਬਦ ਵਰਤਿਆ ਉਹਨਾਂ ਨੇ ਅਧੀਰ ਰੰਜਨ ਚੌਧਰੀ ਨੇ ਤੁਸੀਂ ਪਾਰਲੀਮੈਂਟ ਦੀ ਕਾਰਵਾਈ ਦੇਖੀ ਹੈ ਮੈਂ ਸਾਰੀ ਕਾਰਵਾਈ ਦੇਖੀ ਹੈ ਸਰ ਉਦੋਂ ਉਹਨਾਂ ਨੇ ਸ਼ਬਦ ਵਰਤੇ ਹਰਦੀਪ ਸਿੰਘ ਕਿੰਗਰਾ ਮੇਰਾ ਸਵਾਲ ਇਹ ਹੈਗਾ ਸਰ ਤੁਸੀਂ ਉਹਨਾਂ ਨੂੰ ਇਹ ਸਵਾਲ ਕੀਤਾ ਕਿ 5 ਜੂਨ ਤੋਂ ਤੱਕ ਜਿਹੜਾ ਸਾਰਾ ਕੁਝ ਹੋਇਆ ਉਹ ਤੁਸੀਂ ਜਨਤਕ ਕਰ ਦਿਓ ਜਿਹੜੇ ਤੁਸੀਂ ਕਮੈਂਟਸ ਪਾਏ ਆ ਜਿਹੜਾ ਸਰ ਤੁਸੀਂ ਹਾਈ ਪਾਵਰ ਕਮੇਟੀ ਵਿੱਚ ਤੁਹਾਡੀ ਹਾਜ਼ਰੀ ਰਹੀ ਹੈ ਤੁਸੀਂ ਸਰ ਵਾਈਟ ਪੇਪਰ ਜਾਰੀ ਕਰ ਦਿਓ ਉਹਦਾ ਤੁਸੀਂ ਵੀ ਦੱਸ ਦਿਓ ਦੋਨਾਂ ਸਿਆਸੀ ਧਿਰਾਂ ਦਾ ਪਤਾ ਲੱਗ ਜੇ ਪੰਜਾਬ ਨੂੰ ਤੁਸੀਂ ਦੋਨਾਂ ਨੇ ਕੀਤਾ ਕੀ ਹੈ ਹਰਦੀਪ ਸਿੰਘ ਕਿੰਗਰਾ ਮੈਂ KP ਮੈਂ ਇਹਦੇ ਚ ਇੱਕੋ ਗੱਲ ਕਹਿਣਾਗਾ ਮੈਂ ਮੈਰਿਟਸ ਤੇ ਕੰਟੈਂਟਸ ਇਹਨਾਂ ਤਿੰਨੇ ਐਕਟ ਦੇ ਵਿੱਚ ਨਹੀਂ ਜਾਵਾਂਗਾ ਉੱਤੇ ਮੇਰੇ ਆਪ ਦੇ ਵਿਚਾਰ ਹੈ ਮੈਂ ਇੱਕ ਇੱਕ ਅੱਖਰ ਪੜਿਆ ਤਿੰਨਾਂ ਐਕਟਾਂ ਦਾ ਹੁਣ ਆਰਡੀਨੈਂਸ ਹੀ ਰਹੇ हाजिरी रही है मिनट्स रिकॉर्ड होंगे जो उसे हस्ताक्षर है दस्तखत है वाइट पेपर जारी कर दो दस दो जनतक कर दो भाई असि उ मीटिंग में शामिल सी असि हां की है देखो तीन एक्ट है एक एक्ट का सोध है एक जिहड़ा हैगा एक्ट हैगा जिहड़ा बिल पेश होया वो एक सोध है उहदा एसेंशियल कमोडिटी एक्ट का वो ऑर्डिनेंस जारी होया अज बिल चला गया वो एक्ट पहला ऑलरेडी एक्ट मौजूद है और वो बड़ा किसानों दे सर आप किंगर साहब आप गोलमोल ना करिए प्लीज आप टू द पॉइंट प्रोग्राम कर दे पे सर टू द पॉइंट गल रख दो तुसीं दस दो सर आप दस सकते हैं भी हाई पावर कमेटी दे वेच पंजाब सरकार वालों कोई नुमाइंदा शामिल सी जे कैप्टन अमरिंदर सिंह नहीं शामिल सी कोई है सी रिप्रेजेंटेटिव जदों ये 5 जून नू ऑर्डिनेंस राष्ट्रपति जी ने दस्तखत करते उस तों बाद इहदे उत्ते डिस्कशन संभव नहीं सी क्योंकि जे संभव डिस्कशन उहदे ते करनी है या उहदे च अमेंडमेंट करनी है तां एक नवा बिल बन के आएगा ये ऑर्डिनेंस रीकन्फर्मेशन वास्ते नहीं आउणगे सर पंजाब दा कोई नुमाइंदा शामिल सी जां नहीं बड़ा सीधा सवाल है किंगरा साहब वो एक महज आफ्टर थॉट सी बीजेपी दी एक आफ्टर थॉट सी क्योंकि जदों सर किंगरा साहब एक मिनट सर किंगरा साहब इदा ना करो प्लीज किंगरा साहब इदा ना करो ना प्लीज किंगरा साहब मैंने एक चीज एक मिनट किंगरा साहब एक मिनट प्लीज किंगरा साहब पार्लीमेंट की कार्रवाई की तुम बहुत तरीके जानते हो सब कुछ तुम्हें पता ऑर्डिनेंस बिल किए बनते हैं कानून किए बनता है राज्यसभा किए पास तुम्हें सब कुछ पता मैंने एक चीज़ दस दो जे केंद्रीय राज मंत्री ने पार्लीमेंट में खड़े होकर झूठ बोलिया ਇਹ ਕਿਹਾ ਹੈ ਕਿ ਉੱਥੇ ਕੌਣ ਕੌਣ ਸ਼ਾਮਲ ਸੀ ਹਾਈ ਪਾਵਰ ਕਮੇਟੀ ਦੇ ਵਿੱਚ ਤੁਸੀਂ ਪ੍ਰਿਵਿਲੇਜ ਮੋਸ਼ਨ ਪਾਇਆ ਸਰ ਉਹਨਾਂ ਦੇ ਖਿਲਾਫ ਜੇ ਝੂਠ ਬੋਲਿਆ ਉਹਨਾਂ ਨੇ ਮੈਂ ਇਹਦੇ 'ਚ ਬਿਲਕੁਲ ਮੈਂ ਲਿਖਿਆ ਹੈਗਾ ਕਿ ਉਹਦੇ 'ਚ ਪ੍ਰਿਵਿਲੇਜ ਮੋਸ਼ਨ ਹੋਣਾ ਚਾਹੀਦਾ ਸਰ ਪਾਇਆ ਤੁਸੀਂ ਇਸ ਬਾਰੇ ਮੈਂ ਜਾਣਦਾ ਨਹੀਂ ਮੈਂ ਬਰੀਫ ਨਹੀਂ ਕੀਤਾ ਮੈਨੂੰ ਇਸ ਬਾਰੇ ਕਿਸੇ ਨੇ ਦੱਸਿਆ ਚਲੋ ਠੀਕ ਹੈ ਤੁਹਾਡਾ ਜਵਾਬ ਆ ਗਿਆ ਸਰ ਕਿੰਗਰ ਸਾਹਿਬ ਤੁਹਾਡਾ ਜਵਾਬ ਆ ਗਿਆ ਚੀਮਾ ਸਾਹਿਬ ਚੀਮਾ ਠੀਕ ਹੈ ਤੁਹਾਡਾ ਕਿੰਗਰ ਸਾਹਿਬ ਜਵਾਬ ਆ ਗਿਆ ਸਰ ਜਵਾਬ ਆ ਗਿਆ ਤੁਹਾਡਾ ਆਰਗੂਮੈਂਟ ਆ ਚੁੱਕਿਆ ਚੀਮਾ ਸਾਹਿਬ ਕੇਂਦਰੀ ਰਾਜ ਮੰਤਰੀ ਨੇ ਕਾਂਗਰਸ ਕਹਿੰਦੀ ਰਹੀ ਹੈ ਝੂਠ ਬੋਲਦੇ ਆ ਕੇਂਦਰੀ ਰਾਜ ਮੰਤਰੀ ਸੱਚ ਬੋਲਿਆ ਸੀ ਉਹਨਾਂ ਨੇ ਬਿਲਕੁਲ ਸੱਚ ਬੋਲਿਆ ਸੀ ਮੈਂ ਇੱਥੇ ਕਾਂਗਰਸ ਵਾਲੇ ਵੀਰਾਂ ਨੂੰ ਪੁੱਛਣਾ ਚਾਹੂੰਗਾ ਕਿੰਗਰਾ ਸਾਹਿਬ ਬੈਠੇ ਆ ਮੈਂ ਇਹਨਾਂ ਦੇ ਥਰੂ ਕੈਪਟਨ ਸਾਹਿਬ ਨੂੰ ਵੀ ਪੁੱਛਣਾ ਚਾਹੁੰਦਾ ਤੁਸੀਂ ਵੀ ਉਸ ਗੱਲ ਦੇ ਹਾਮੀ ਹੋ ਕਿ ਅੱਜ ਤੋਂ ਪਹਿਲਾਂ ਜਿਸ ਦਿਨ ਰਾਜ ਮੰਤਰੀ ਜੀ ਨੇ ਬਿਆਨ ਦਿੱਤਾ ਇਹਨਾਂ ਨੇ ਕਦੀ ਨਹੀਂ ਦੱਸਿਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਉਸ ਹਾਈ ਪਾਵਰ ਕਮੇਟੀ ਦੇ ਮੈਂਬਰ ਵੀ ਸੀ ਉਸ ਹਾਈ ਪਾਵਰ ਕਮੇਟੀ ਦਾ ਮੈਂਬਰ ਹੋਣਾ ਇੱਕ ਉਸ ਤੇ ਜੋ ਵੀ ਤੁਸੀਂ ਰਾਏ ਦੇਣੀਆਂ ਦੇ ਸਕਦੇ ਸੀ ਔਰ ਉਹਦੀਆਂ ਦੋ ਮੀਟਿੰਗਸ ਹੋਈਆਂ ਸੀ ਇੱਕ ਮਈ ਦੇ ਵਿੱਚ ਤੇ ਇੱਕ ਜੂਨ ਦੇ ਵਿੱਚ ਜੂਨ ਵਾਲੀ ਮੀਟਿੰਗ ਦੇ ਵਿੱਚ ਸਾਡੇ ਮਨਪ੍ਰੀਤ ਸਿੰਘ ਬਾਦਲ ਜੀ ਕੈਪਟਨ ਸਾਹਿਬ ਦੇ ਬਿਹਾਫ ਤੇ ਗਏ ਸੀ ਔਰ ਉਹਦੇ ਵਿੱਚ ਕੀ ਉੱਥੇ ਲਿਖਿਆ ਉਹ ਵੀ ਸਾਰਾ ਕੁਝ ਉੱਥੇ ਕਿਉਂਕਿ ਸੰਸਦ ਦੇ ਵਿੱਚ
कोई भी व्यक्ति झूठ नहीं बोल सकता और अजकल तो छोटी छोटी गल से डेफामेशन पा देंगे जे कैप्टन साहब से जां इन्हां दी सरकार से एड्डी वड्डी कोई गल कीती है तो एक कुछ भी करन दे लई आजाद ने तो उन्हां ने उत्थे झूठ नहीं बोलिया। कैप्टन साहब लोगों नूं गमराह जरूर करते आ रहे हैं कि एक पासे कह के असीं इस दा विरोध करते हैं दूजे पासे हाई पावर कमेटी के मैंबर होने के नाते उन्हां नूं जे कोई प्रॉब्लम सी शंके सी उदों उत्थे हल करने चाहीदे सी। किसे दे नाल दा कानून याद रखियो ना कंपेयर ना करो सर कुछ होर मदा है कुछ होर मदा इस गल सानूं ध्यान रखना चाहिए। छोटा ब्रेक लैके वापस आ रहे हैं आखिरी हिस्से आवांगे आखिरी हिस्से ये सवाल जरूर पूछना है कि पंजाब लई गठजोड़ का कोई नवा प्लान तो नहीं तैयार हो रहा। प्लान तैयार हो रहा तुहानू अजे दिखता नहीं पिया का भविख दे विच ये प्लान तुहाडे सामने रखा जाएगा। वो प्लान अंदर खाते उत्ते काम भी चलता पिया जो काम चलता पिया हुंदा है उदों ही इहो जिहे फैसले लिते जाते हुंदे आ। जदों फैसले लिते जाते हुंदे आ फिर डंक दी चोट ते कहा जाता है कि तुहानू विरोधी गुमराह करते पए आ। जिहड़े इस बिल का विरोध करते पे आ वो तुहानू गुमराह करते पे आ वो विचोलियां का साथ दिंदे पे आ। ये सवाल उदों खड़े किए जाते हैं जदों हाथ में कुछ होवे। वापस आ रहा हर सिंह को बादल के कुर्सी छड़न वाले फैसले से सियासी ड्रामे वाला रौला क्यों। हरदीप सिंह किंगरा एक 32 साल पहला वाला तुसी जिक्र छेड़िया सी इस डिबेट दे विच ये सवाल बड़ा सौखा तुहाडे लई ते इस सवाल का जवाब भी तुहाडे कोल हैगा मैनू भी पता किंगरा साहब कोई सर एक नवा गठजोड़ का प्लान तैयार हो रहा पंजाब दे विच 2022 दे लई किंगरा साहब। देखो देखो सरदार प्रकाश सिंह बादल हुणी बहुत ज्यादा सियासी ड्रामे करन जाणदे आ। मैं तुहानू दसदा एक वारी ऊधम सिंह नगर दे उत्ते जलंधर दे विच एक मीटिंग हुई उदों भी केंद्र दे विच कोई मंत्री सी अकाली दल दा ओ मंत्रियां ने उस मीटिंग दे विच शिरकत की। उस वेले बादल साहब उहनूं कहिंदे कि तू अस्तीफा दे दे लोक अस्तीफा मंग रहे आ तेरा। एक चाल सी किसे सियासी विरोधी नूं मारन दी। उस सियासी विरोधी ने उत्थे बादल साहब नूं स्मार्ट नहीं कहता कि मैनूं अस्तीफा देण दी की लोड़ है बीजेपी ऊधम सिंह नगर नूं ऐ कर रही है आपां बीजेपी दा साथ छड्ड दईए। नहीं 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 उत्थे बादल साहब बदल गए नाल दी नाल। इन्नी सियासत नहीं करी दी हुंदी कदे ना कदे सच्चाई भी रखनी चाहीदी है मूहरे। इन्ना झूठ बोल के सियासत बादल साहब कर गए हालात डिफरेंट सी लोकी बहुत अतवाद चो निकले सी गल्लां होर सी हुण लोकी सियाणे हो गए सोशल मीडिया लोकां दे कोले आ। बादल साहब दा हर दित्ता बयान जिथे कहिंदे सी ढींडसा साहब ने मेरे नाल जेल कट्टी है भुंदर साहब ने मेरे नाल जेल कट्टी है ब्रह्मपुरे ने जेल कट्टी है ये हुण बैठो अकाली दल खोणा चाहुंदे आ मजीठिया दी हत्थ करके ते अज उहनां नूं खवाता अकाली दल बादल एंड कंपनी बना के रखता। हुण बादल साहब नूं कोई सवाल पुछे तां सही ये अकाली पुछण बादल नूं सवाल अकाली पुछण कि बादल साहब तुसीं अज उहो फड़ाई जांदे हो परोस के थाली च जिहड़ी गल करदे सी किसे दिन। हरदीप सिंह किंगरा तुसीं सारे उहनां दी उमर हो गई है उहनां नूं सच बोलना चाहीदा है किंगरा साहब। मैं आ रहा बिल्टो साहब आ रहा बिल्टो साहब आ रहा तुहाडे कोल आ रहा किंगरा साहब एक मिनट 370 दे हक च वोट पाई है उहनां ने 370 ਦੇ ਹੱਕ ਐਬੋਲਿਸ਼ਨ ਦੇ ਹੱਕ 'ਚ ਵੋਟ ਪਾਈ ਹੋਵੇ ਉਦੋਂ ਫੈਡਰਲਿਜ਼ਮ ਦੀ ਗੱਲ ਨਹੀਂ ਕਰਨੀ ਚਾਹੀਦੀ ਸਰ। ਕਾਂਗਰਸ ਨੇ ਵਿਰੋਧ ਕਰ ਬਾਦਲ ਨੂੰ ਫੈਡਰਲਿਜ਼ਮ ਮੈਂਸ਼ਨ ਨਹੀਂ ਕਰਨਾ ਚਾਹੀਦਾ ਸੀ ਆਪਦੇ ਸਟੀਫੇ ਕਿ ਅਸੀਂ ਪ੍ਰੋ ਫੈਡਰਲਿਜ਼ਮ ਆ ਸਰ। 370 ਦਾ ਕਾਂਗਰਸ ਨੇ ਵਿਰੋਧ ਕੀਤਾ ਸੀ ਬਿਲਕੁਲ ਕੀਤਾ ਸੀ ਹੱਦ ਹੋਈ ਪਈ ਆ ਕੀ ਗੱਲਾਂ ਕਰਦੇ ਹੋ ਤੁਸੀਂ। ਅੱਛਾ ਮੈਂ ਕਿੰਗਰਾ ਸਾਹਿਬ ਜਿਹੜਾ ਸਵਾਲ ਤੁਹਾਡੇ ਤੋਂ ਪੁੱਛ ਰਿਹਾ ਸੀ ਅਕਾਲੀ ਦਲ ਨੇ ਸਪੋਰਟ ਕੀਤਾ ਸੀ ਠੀਕ ਤੁਸੀਂ ਉਹਦਾ ਜਵਾਬ ਨਹੀਂ ਦੇ ਰਹੇ ਕਿੰਗਰਾ ਸਾਹਿਬ ਜਿਹੜਾ ਸਵਾਲ ਮੈਂ ਤੁਹਾਨੂੰ ਕਰ ਰਿਹਾ ਸੀਗਾ। ਮੈਂ ਸਵਾਲ ਤੁਹਾਨੂੰ ਇਹ ਕਰ ਰਿਹਾ ਸੀ ਜਿਹੜਾ ਪੰਥਕ ਏਜੰਡਾ ਤੁਸੀਂ ਇਹਨਾਂ ਤੋਂ ਖੋਹਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹੋ ਹੁਣ ਕਿਸਾਨ ਦੇ ਏਜੰਡੇ 'ਤੇ ਵੀ ਤੁਸੀਂ ਸਾਰੇ ਇਹਨਾਂ ਤੇ ਭਾਰੂ ਪੈ ਰਹੇ ਸੀਗੇ ਉਹ ਤੁਹਾਡੇ ਦੋਨਾਂ ਏਜੰਡਿਆਂ ਨੂੰ ਮਾਰਨ ਦੇ ਲਈ ਸਾਰੇ ਪਲਾਨ ਤਾਂ ਨਹੀਂ ਤਿਆਰ ਹੋਇਆ ਕਿੰਗਰਾ ਸਾਹਿਬ। ਦੇਖੋ ਜੀ ਤੁਸੀਂ ਸਾਡਾ ਕੋਈ ਏਜੰਡਾ ਨਹੀਂ ਮਰ ਸਕਦਾ। ਮੈਂ ਤੁਹਾਨੂੰ ਅੱਜ ਵੀ ਦੱਸੀ ਜਾਣਾਗਾ ਦੋ ਸਟਰੈਂਥ ਨੇ ਕਾਂਗਰਸ ਦੀਆਂ ਜਿਨ੍ਹਾਂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਇੱਕ ਸਟਰੈਂਥ ਹੈਗੀ ਹੈ ਕਾਸਟਲੈਸ ਕਾਂਗਰਸ ਔਰ ਦੂਜੀ ਸਟਰੈਂਥ ਹੈਗੀ ਹੈ ਸੈਕੂਲਰ ਕਾਂਗਰਸ। ਇਹ ਦੋ ਚੀਜ਼ਾਂ ਜਿਹੜੇ ਦੋ ਕਰੈਕਟਰਿਸਟਿਕਸ ਨੇ ਕਾਂਗਰਸ ਦੇ ਬਾਕੀ ਜੋ ਕਾਂਗਰਸ ਨੇ ਦੇਸ਼ ਨੂੰ ਦਿੱਤਾ ਹੈ ਉਹ ਦੇਸ਼ ਕਦੇ ਭੁੱਲ ਨਹੀਂ ਸਕਦਾ। ਬੈਂਕਾਂ ਨੂੰ ਨੈਸ਼ਨਲਾਈਜ਼ ਕਰਨਾ ਮਜ਼ਾਕ ਸੀ ਕੋਈ? ਰਾਜਾਂ ਦੇ ਪ੍ਰੀਵੀ ਪਰਸਸ ਖਤਮ ਕਰਨਾ ਕੋਈ ਮਜ਼ਾਕ ਸੀ? ਇਹ ਐਡੇ ਐਡੇ ਥਰਮਲ ਪਲਾਂਟ ਲਾ ਦੇਣੇ ਉਹ ਕੋਈ ਮਜ਼ਾਕ ਸੀ? ਚਲੋ ਜੇ ਤੁਸੀਂ ਸਰ ਜੇ ਤੁਸੀਂ ਸੈਕੂਲਰਿਜ਼ਮ ਦੀ ਗੱਲ ਕਰਦੇ ਹੋ ਸਰ ਸੈਕੂਲਰਿਜ਼ਮ ਦੀ ਗੱਲ ਕਰਦੇ ਹੋ ਕਿੰਗਰਾ ਸਾਹਿਬ बलटोआ साहब
ਵਟੋਆ ਸਾਹਿਬ ਸਵਾਲ ਇਹ ਹੈਗਾ ਕਿ ਤੁਹਾਨੂੰ ਅੱਜ ਇਹ ਪਛਤਾਵਾ ਹੋ ਰਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹਰਾਂ ਤੋਂ ਸਾਬਕਾ ਮੁੱਖ ਮੰਤਰੀ ਤੋਂ ਤੁਹਾਨੂੰ ਬਿਆਨ ਨਹੀਂ ਦਿਵਾਉਣਾ ਚਾਹੀਦਾ ਸੀਗਾ ਜਦੋਂ ਇਹ ਸਭ ਕੁਝ ਹੋ ਰਿਹਾ ਸੀਗਾ ਜੇ ਤੁਹਾਨੂੰ ਲੱਗਦਾ ਸੀਗਾ ਕਿ ਇੰਨੇ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਬੀਜੇਪੀ ਨਾਲ ਤੇ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਅਖੀਰ ਤੇ ਬਿਆਨ ਦਿਵਾਉਂਦੇ ਜਾਂ ਜੋ ਤੁਹਾਡਾ ਜਿਹੜਾ ਡੈਮੇਜ ਕੰਟਰੋਲ ਆ ਉਹ ਬਾਦਲ ਸਾਹਿਬ ਕਰ ਦਿੰਦੇ ਇਸ ਵਾਰ ਤੁਹਾਡੇ ਕੋਲ ਡੈਮੇਜ ਕੰਟਰੋਲ ਕਰਨ ਵਾਲਾ ਕੋਈ ਸ਼ਖਸ ਨਹੀਂ ਬਚਿਆ ਸਰ ਤਾਂ ਹੀ ਤੁਸੀਂ ਜੇਜੇਪੀ ਨਾਲ ਮੀਟਿੰਗਾਂ ਕਰਦੇ ਫਿਰਦੇ ਹੋ ਕਦੇ ਕਿਸੇ ਨਾਲ ਮੀਟਿੰਗਾਂ ਕਰਦੇ ਫਿਰਦੇ ਵਟੋਆ ਸਾਹਿਬ ਦੇਖੋ ਕੇਪੀ ਜੀ ਸਭ ਤੋਂ ਪਹਿਲੀ ਤੇ ਗੱਲ ਹੈ ਕਿ ਜੇ ਸਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਬਿਆਨ ਆਇਆ ਮੇਰੇ ਖਿਆਲ ਅੱਜ ਤੋਂ 15 ਤੋਂ 20 ਦਿਨ ਹੋ ਗਏ ਨਹੀਂ ਨਹੀਂ 7-8 ਦਿਨ ਪਹਿਲਾਂ ਹੋਇਆ ਚਲੋ ਚਲੋ ਜਦੋਂ ਵੀ ਆਇਆ ਸੀ ਸਰ ਪਲੀਜ਼ ਜਿਹੜੀ ਆਇਆ ਸੀ ਠੀਕ ਹੈ ਨਾ ਹਾਂਜੀ ਪਰ ਜਿਹੜੀ ਗੱਲ ਹੈ ਅਸੀਂ ਆਪਣੇ ਤੌਰ ਤੇ ਅੰਦਰ ਖਾਤੇ ਤੇ ਓਪਨਲੀ ਅਸੀਂ ਆਪਦੀ ਲੜਾਈ ਲੜਦੇ ਰਹੇ ਹਾਂ ਜਿਹੜੀਆਂ ਪੰਜਾਬ ਦੇ ਕਿਸਾਨ ਦੇ ਖਦਸ਼ੇ ਹੈ ਉਹ ਅਸੀਂ ਉੱਪਰ ਭਾਰਤ ਸਰਕਾਰ ਤੱਕ ਭਾਰਤ ਸਰਕਾਰ ਦੇ ਮੰਤਰੀਆਂ ਤੱਕ ਭਾਰਤੀ ਜਨਤਾ ਪਾਰਟੀ ਲੀਡਰਸ਼ਿਪ ਤੱਕ ਪਹੁੰਚਾਉਂਦੇ ਰਹੇ ਹਾਂ ਉਹ ਖਦਸ਼ੇ ਅਸੀਂ ਆਪਦੇ ਜ਼ਾਹਰ ਕਰਦੇ ਰਹੇ ਔਰ ਜਿਹੜੀ ਗੱਲ ਮੇਰੀ ਇੱਕ ਕਿੰਗਰਾ ਸਾਹਿਬ ਨੂੰ ਬੇਨਤੀ ਹੈ ਕਿ ਹਾਈ ਪਾਵਰ ਕਮੇਟੀ ਦੀਆਂ ਦੋ ਮੀਟਿੰਗਾਂ ਹੋਈਆਂ ਜਿਸ ਦਿਨ ਇਹਦਾ ਗਠਨ ਹੁੰਦਾ ਉਸ ਤੋਂ ਬਾਅਦ 1 ਜੁਲਾਈ 2019 ਨੂੰ ਦੂਸਰੀ ਹੁੰਦੀ 16 ਅਗਸਤ 2019 ਨੂੰ ਇੱਕ ਸਾਲ ਪੂਰਾ ਹੋ ਗਿਆ ਆਰਡੀਨੈਂਸ ਡਰਾਫਟਿੰਗ ਹੋਈ ਨੂੰ ਨੁਕਤੇ ਵਿਚਾਰੇ ਗਏ ਨੂੰ ਲਾਈਨਾਂ ਵਿਚਾਰੀਆਂ ਗਈਆਂ ਨੂੰ ਪਹਿਰੇ ਵਿਚਾਰਿਆ ਗਿਆ ਨੂੰ ਇੱਕ ਸਾਲ ਤੁਸੀਂ ਹਵਾ ਨਹੀਂ ਕੱਢੀ ਕਿ ਕੋਈ ਇਹੋ ਜਿਹੇ ਆਰਡੀਨੈਂਸ ਜਿਹੜੇ ਆ ਸਾਡੇ ਨਾਲ ਸਲਾਹ ਕਰਕੇ ਜਿਹੜੇ ਆ ਕਿਸਾਨੀ ਬਾਰੇ ਤਿਆਰ ਕੀਤੇ ਗਏ ਆ ਔਰ ਦੂਸਰੀ ਗੱਲ ਜਿਹੜੀ ਹੈ ਇਹ ਕਹਿੰਦੇ ਆ ਕਿ ਡਰਾਮਾ ਕੀਤਾ ਗਿਆ ਵਾਰ ਵਾਰ ਕਿੰਗਰਾ ਸਾਹਿਬ ਇਹੀ ਕਹਿੰਦੇ ਨੇ ਪਰ ਦੂਸਰੇ ਬੰਨੇ ਇਹਨਾਂ ਦੇ ਨੇਤਾ ਅਧੀਰ ਰੰਜਨ ਚੌਧਰੀ ਪ੍ਰਸ਼ੰਸਾ ਕਰਦੇ ਨੇ ਪਰ ਮੈਂ ਬੇਨਤੀ ਕਰੂੰਗਾ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਕਿੰਗਰਾ ਸਾਹਿਬ ਨੂੰ ਕਿ ਤੁਸੀਂ ਵੀ ਡਰਾਮਾ ਕਰ ਲਓ ਇਹੋ ਜਿਹਾ ਡਰਾਮਾ ਕਰ ਲਓ ਪੰਜਾਬ ਦੇ ਕਿਸਾਨਾਂ 'ਚ ਜੇ ਬੀਬਾ ਹਰਸਿਮਰਤ ਕੌਰ ਬਾਦਲ ਆਣ ਕੇ ਨਾਲ ਕੁੜਤੀ ਹੈ ਅੱਜ ਨੈਸ਼ਨਲ ਚੈਨਲਾਂ ਤੇ ਚੀਕਾਂ ਵੱਜ ਗਈਆਂ ਨੇ ਕਿਸਾਨਾਂ ਦੇ ਮਸਲੇ ਕਿਸਾਨਾਂ ਦੇ ਧਰਨੇ ਕਿਸਾਨਾਂ ਦੇ ਆਰਡੀਨੈਂਸ ਅੱਜ ਉੱਥੇ ਡਿਸਕਸ ਹੋ ਰਹੇ ਨੇ ਗੱਲ ਹੋ ਰਹੀ ਹੈ ਜਿਹੜੇ ਉਸ ਦਿਨ ਦੇ ਚੈਨਲ ਚੁੱਪ ਕਰਕੇ ਬੈਠੇ ਸੀ ਜੇ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇ ਦਿੰਦੇ ਆ ਡਰਾਮਾ ਹੀ ਕਰ ਲੈਂਦੇ ਆ ਡਰਾਮਾ ਹੀ ਕਰ ਦਿਓ ਤੇ ਨਾਗਰ ਕਿਸਾਨਾਂ ਦੀ ਗੱਲ ਤੇ ਚੱਲੋ ਨਾਗਰ ਸਾਹਿਬ ਨੇ ਅਸਤੀਫਾ ਦਿੱਤਾ ਵਲਟੋ ਸਾਹਿਬ ਉਹਨਾਂ ਤੇ ਕੋਈ ਕਮੈਂਟ ਕਰਨਾ ਚਾਹੁੰਦੇ ਤੁਸੀਂ ਸਰਕਾਰ ਦੇ ਪੱਲੇ ਕੱਖ ਨਹੀਂ ਗਿਆ ਚੱਲਦੀ ਸਰਕਾਰ ਹੈ ਨਹੀਂ ਜੀ ਠੱਗੀ ਮਾਰ ਕੇ ਸਰਕਾਰ ਬਣਾ ਲਈ ਕਿਸਾਨਾਂ ਨਾਲ ਧੋਖਾ ਕਰ ਲਿਆ ਕਰਜ਼ਾ ਮਾਫੀ ਦੇ ਨਾਂ ਦੇ ਉੱਤੇ ਕੀਤਾ ਕੀ ਜੇ ਕੁਝ ਕੀਤਾ ਜੇ ਗੱਲਾਂ ਮਾਰੀ ਜਾਂਦੀਆਂ ਨੇ ਬਟਵਾ ਸਾਹਿਬ ਨਾਗਰਾ ਸਾਹਿਬ ਦੇ ਰਜ਼ਾਈਨ ਤੇ ਕੋਈ ਕਮੈਂਟ ਕਰਨਾ ਚਾਹੁੰਦੇ ਹੋ ਬਟਵਾ ਸਾਹਿਬ ਹਾਂਜੀ ਬਟਵਾ ਸਾਹਿਬ ਨਾਗਰਾ ਸਾਹਿਬ ਦੇ ਰਜ਼ਾਈਨ ਤੇ ਕੋਈ ਕਮੈਂਟ ਕਰਨਾ ਚਾਹੁੰਦੇ ਤੁਸੀਂ ਦੇਖੋ ਨਾਗਰਾ ਸਾਹਿਬ ਨੇ ਜੇ ਉਹਨਾਂ ਨੇ ਕਦਮ ਚੁੱਕਿਆ ਆ ਕਿਸਾਨੀ ਦੇ ਹੱਕ 'ਚ ਹਾ ਦਾ ਨਾਰਾ ਮਾਰਿਆ ਤੇ ਅਸੀਂ ਉਹਨੂੰ ਵੈਲਕਮ ਕਰਦੇ ਹਾਂ ਚੰਗੀ ਗੱਲ ਹੈ ਤੇ ਪਰ ਇਹ ਤੋਂ ਸਬਕ ਸਿੱਖਣਾ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੇ ਜੱਫਾ ਮਾਰ ਕੇ ਬੈਠੇ ਨੇ ਜਿਹੜੇ ਜਿਨ੍ਹਾਂ ਕੋਲ ਸਰਕਾਰ ਚੱਲਦੀ ਵੀ ਨਹੀਂ ਜੀ ਜਿਨ੍ਹਾਂ ਨੇ ਬੇੜਾ ਗਿਰ ਕਰਕੇ ਰੱਖ ਦਿੱਤਾ ਆ ਜਿਨ੍ਹਾਂ ਨੇ ਝੂਠੇ ਨਾਰੇ ਲਾ ਲਾ ਕੇ ਝੂਠੇ ਵਾਅਦੇ ਕਰ ਕਰਕੇ ਗੁਰੂ ਬਾਣੀ ਦੀ ਸੌ ਖਾ ਕੇ ਗੁਰਕਾ ਸਾਹਿਬ ਮੱਥੇ ਨੂੰ ਲਾ ਕੇ ਗੁਰੂ ਦੇ ਚਰਨਾਂ ਦੀ ਸੌ ਖਾ ਕੇ ਸਰਕਾਰ ਬਣਾ ਕੇ ਤੁਸੀਂ ਕੈਪਟਨ ਸਾਹਿਬ ਦਾ ਅਸਤੀਫਾ ਮੰਗਦੇ ਪਏ ਹੋ ਹੁਣ ਬਲਟੋਆ ਸਾਹਿਬ ਕੈਪਟਨ ਸਾਹਿਬ ਦਾ ਅਸਤੀਫਾ ਮੰਗਦੇ ਹੋ ਇਹ ਉਹਨਾਂ ਨੇ ਦੇਣਾ ਕਿ ਨਹੀਂ ਦੇਣਾ ਪਰ ਇਹ ਜੇ ਡਰਾਮੇ ਕਹਿੰਦੇ ਆ ਤੇ ਇਹ ਡਰਾਮਾ ਇਹ ਵੀ ਕਰਦੇ ਨੇ ਠੀਕ ਠੀਕ ਆ ਬਿਕਰਮ ਜੀ ਸੀਮਾ ਇਹਨਾਂ ਨੇ ਚਾਹਣਾ ਇੱਕ ਮਿੰਟ ਕਿ ਜੀ ਹਾਂਜੀ ਹਾਂਜੀ ਬੋਲੋ ਇੱਕ ਜਿਹੜਾ ਪ੍ਰੋਟੋਕੋਲ ਦੇ ਮੁਤਾਬਕ ਕੇਂਦਰੀ ਵਜ਼ੀਰ ਦਾ ਅਹੁਦਾ ਵੱਡਾ ਹੈ ਕਿ ਮੁੱਖ ਮੰਤਰੀ ਦਾ ਵੱਡਾ ਹੈ ਕੇਂਦਰੀ ਵਜ਼ੀਰ ਦਾ ਵੱਡਾ ਹੈ ਅਸੀਂ ਕੇਂਦਰੀ ਵਜ਼ੀਰ ਰਾਤ ਛੱਡਤੀ ਜਿਹੜੇ ਪੰਜਾਬ ਦੇ ਲੋਕਾਂ ਨੇ ਦਿੱਤੀ ਸੀਗੀ ਪੰਜਾਬ ਦੇ ਲੋਕਾਂ ਦੀ ਖਾਤਰ ਛੱਡਤੀ ਤੇ ਤੁਸੀਂ ਮੁੱਖ ਮੰਤਰੀ ਦਾ ਵੱਡਾ ਨਹੀਂ ਛੱਡ ਸਕਦੇ ਠੀਕ ਹੈ ਕਿੰਗਰਾ ਸਾਹਿਬ ਲਾਸਟ ਕਮੈਂਟ ਸਰ ਤੁਹਾਡਾ ਚਾਹੀਦਾ ਕੈਪਟਨ ਸਾਹਿਬ ਕੁਰਸੀ ਛੱਡ ਸਕਦੇ ਆ ਕਿਸਾਨੀ ਦੇ ਮੁੱਦੇ ਤੇ ਦੇਖੋ ਦੇਖੋ ਪਹਿਲਾਂ ਛੋਟਾ ਜਿਹਾ ਇੱਕ ਮੈਂ ਕਰੂੰਗਾ ਡਰਾਮੇ ਤੇ ਦੇਖੋ ਇੱਥੇ ਤਾਂ ਇਹ ਬੀਜੇਪੀ ਦੇ ਸੋਹਲੇ ਗਾਉਂਦੇ ਆ ਕੇਂਦਰ ਸੋਹਲੇ ਗਾਉਂਦੇ ਆ ਹਰਿਆਣੇ ਦੇ ਵਿੱਚ ਬੀਜੇਪੀ ਦੇ ਉਲਟ ਇਲੈਕਸ਼ਨ ਲੜਦੇ ਆ ਭਾਈ ਇਤੋਂ ਵੱਡਾ ਡਰਾਮਾ ਹੋਰ ਕੀ ਹੋ ਸਕਦਾ ਯਾਰੋ ਜੇ ਇਹ ਤੋਂ ਲੋਕ ਡਰਾਮਾ ਕਰਦੇ ਤਾਂ ਫਿਰ ਹੋਰ ਕਿਹੜਾ ਡਰਾਮਾ ਹੋ ਸਕਦਾ ਹੈ ਇਤੋਂ ਵੱਡਾ ਕਿਹੜਾ ਡਰਾਮਾ ਹੈ ਕਿ ਤੁਸੀਂ ਚਲੋ ਕੇਂਦਰ ਸਾਹਿਬ ਹਰਿਆਣਾ ਦੀ ਪੋਲਿਟਿਕਸ ਤੋਂ ਆਪਾਂ ਪੰਜਾਬ ਤੇ ਬੀਜੇਪੀ ਦੀ ਪ੍ਰਸ਼ੰਸਾ ਕਰਦੇ ਹੋ ਵਾਹ ਬਈ ਵਾਹ ਇਹ ਡਰਾਮਾ ਨਹੀਂ ਤਾਂ ਹੋਰ ਮੈਂ ਨਹੀਂ ਸਮਝਦਾ ਇਹ ਦਿਸ ਇਜ਼ ਮੈਰਿਜ ਆਫ ਕਨਵੀਨੀਅੰਸ ਇਹ ਮੈਰਿਜ ਆਫ ਕਨਵੀਨੀਅੰਸ ਆ ਸਾਬਾ ਦੀ ਗੱਲ ਨਹੀਂ ਬਣੀ ਜਵਾਬ ਨਹੀਂ ਆਇਆ ਸੰਤੁਸ਼ਟੀ ਨਹੀਂ ਹੋਈ ਬਿਲਕੁਲ ਤੁਹਾਡੀ ਗੱਲ ਨਹੀਂ ਬਣੀ ਕੇਂਦਰ ਸਾਹਿਬ ਕੈਪਟਨ ਸਾਹਿਬ ਅਸਤੀਫਾ ਦੇ ਸਕਦੇ ਇਸ ਮੁੱਦੇ ਤੇ ਅਕਾਲੀ ਦਲ ਅਸਤੀਫਾ ਮੰਗਦਾ ਪਿਆ ਕਰਦੇ ਜੀ ਕੈਪਟਨ ਸਾਹਿਬ ਜੇ ਕੇਂਦਰ ਚ ਮੰਤਰੀ ਹੁੰਦੇ ਤਾਂ ਅਸਤੀਫਾ ਦੇ ਦਿੰਦੇ ਆਪਦੀ ਸਰਕਾਰ ਚੋਂ ਅਸਤੀਫਾ ਕਿਉਂ ਦੇਣ ਉਹ ਚਲੋ ਠੀਕ ਚੀਮਾ ਸਾਹਿਬ ਲਾਸਟ ਸਰ ਇੱਕ ਮਿੰਟ ਬੀਜੇਪੀ ਦਾ ਲਾਸਟ ਕਮੈਂਟ ਲੈ ਲਈਏ ਸਰ ਚੀਮਾ ਸਾਹਿਬ ਤੁਸੀਂ ਅਕਾਲੀ ਦਲ ਦੇ ਨਾਲ ਤੁਰਨਾ ਚਾਹੁੰਦੇ ਹੋ ਪੰਜਾਬ ਬੀਜੇਪੀ ਦੇਖੋ ਜੀ ਸਾਡਾ ਅਸੀਂ ਕਿਹੜਾ ਅਜੇ ਕੋਈ ਅਲੱਗ ਨਹੀਂ ਹੋਏ ਹੈਗੇ ਠੀਕ ਆ ਸਰ ਮੈਂ ਸਵਾਲ ਬੜਾ ਚੀਮਾ ਸਾਹਿਬ ਮੇਰੇ ਸਵਾਲ ਬੜੇ ਸਿੱਧੇ ਹੁੰਦੇ ਸਰ ਬਿਲਕੁਲ ਮੈਂ ਉਹੀ ਦੱਸ ਰਿਹਾ ਕਿ ਸਾਡਾ ਤੋਂ ਅਜੇ ਗੱਠਜੋੜ ਹੈ ਸਰ ਚੀਮਾ ਸਾਹਿਬ ਮੇਰੇ ਚੀਮਾ ਸਾਹਿਬ ਸਵਾਲ ਨੂੰ ਬੋਲ ਨਾ ਕਰਿਆ ਕਰੋ ਤੁਸੀਂ ਕਹਿ ਦੋ ਮੈਂ ਸਵਾਲ ਦਾ ਜਵਾਬ ਨਹੀਂ ਦੇਣਾ ਮੈਂ ਮੰਨ ਲੂੰਗਾ ਸਰ ਨਹੀਂ ਕਿਉਂ ਜਵਾਬ ਨਹੀਂ ਦੇਣਾ ਮੈਂ ਕਹਿ ਰਿਹਾ
बिल्कुल मैं यही गल कह रहा कि जे तो श्रोमणी अकाली दल बाहर हो गया फिर तो मैं इस गल का जवाब देवां अजे साडे भाईवाल ने सर पंजाब बीजेपी दा रिएक्शन की है पंजाब बीजेपी नाल तुरना चाहती है मैं इस गल दा मैं जिहड़ी गल पुछी है कि जे तो श्रोमणी अकाली दल बाहर हो चुके है एनडीए चो इन्हां ने छड़ चुके है एनडीए सदेव सिंह ढींड साहब तुहानूं चंगे लगदे आ देखो मेरी मेरी राय पूछ रहे हो या पार्टी दी पूछ रहे हो मैं पार्टी दी पूछ रहा जी पार्टी दी राय पार्टी हाई कमांड दी हुंदी है मैं एक पार्टी दा सिपाही हां जो पार्टी दा हुक्म होऊगा मैं ओदे ते हर समय पहरा देण लई खड़ा जो पार्टी दा हुक्म होएगा ओदे तो असी कदे बाहर नहीं जांदे सो मेरी अपनी राय जां पार्टी दी राय पार्टी हाई कमांड चलो मैं तुहाडी तुहाडी निजी राय जान लैणा सर निजी राय जान लैणा तुसीं किसानां दे हित विच हो जां श्रोमणी अकाली दे नाल रहना चाहुंदे हो मैं बिल्कुल किसानां दे हित च हां जवाब पता लग गया होगा कि इस वक्त इंटरनल पॉलिटिक्स की चलती पी है इंटरनल पॉलिटिक्स समझना बहुत जरूरी है ये पंजाब के लिए 2022 का एक प्लान तैयार हो रहा है उस प्लान के विचाले किसानी मुद्दा जिहड़ा वह भी उभर के आना चाहिए उभरना भी चाहिए किसानी की गल होनी चाहिए है भावनावां दे तहत जिहड़े मुद्दे चक के तुहानू सानू एक तरह नाल गुमराह करन की कोशिश की जा रही है उस गुमराह कुन तो हुण बचना पवेगा इन्हां सियासी लीडरां नू तुसीं सवाल करने हैं तुहाडे लई इन्हां ने कीता की है किसानी लई की कीता खेतीबाड़ी लई की कीता उस सैक्टर दे लई इन्हां ने की कीता हैगा इन्हां तो जवाब मंगियो जरूर मैं तुहाडे वल्लों हमेशा कोशिश करदा कि इन्हां तो जवाब लिते जाण असल विच ये करदे की है ते दसदे की है करते की है तो दिखाते की है ये सारी चीज़ा परदे के पिछे कुछ होर हुंदा दस्या कुछ होर जाता असी कोशिश करते हैं कि परदे पिछे जिहड़ियां परतां हैगियां वो खोल के तुहाडे अगे रख दी विरोधियों नूं क्यों लगता ड्रामा इहदे विच सवाल का जवाब यह हैगा कि शायद इस दे विच विरोधी भी कोई ना कोई ड्रामा करते पे उस ड्रामे का क्लाइमैक्स की होगा ये मंच जरूर दसेगा बहुत धन्यवाद।